पंजाब विधानसभा चोणां दा बिगल वज चुकिया है। वख-वख सियासी पार्टियां दे उम्मीदवार लगातार चोण प्रचार दे विच जुटे हुए ने। अज साडे नाल पंजाब दी सियासत दा वड्डा चेहरा सरदार आदेश प्रताप सिंह कैरों साहब ने, जिन्हां दा वड्डा सियासी परिवारिक पिछोकड़ है, जिन्हां दे दादा जी पैप्सू पंजाब दे सांझे पंजाब दे पहले मुख्यमंत्री सरदार प्रताप सिंह कैरों अते पंजाब दे पंज वार दे मुख्यमंत्री सरदार प्रकाश सिंह बादल दे जवाई ने। आदेश प्रताप सिंह कैरों जी साडे नाल मौजूद ने, सब तो पहला स्वागत करते हैं। सर स्वागत है जी प्रोग्राम। धन्यवाद जी। सर एडा वड्डा तुहाडा सियासी पिछोकड़ है, तुसी आप खुद चार वारी विधायक रहे हो, कई वारी मंत्री रहे हो, लाइमलाइट तो बड़े दूर हो, इत्थे कोई छोटी जी सड़क भी कोई पिंड दा सरपंच बना दे, मीडिया सद के पूरे लाइमलाइट च आ जांदा, तुसी वड्डे वड्डे प्रोजेक्ट भी लवाते फिर भी तुसी मीडिया ते लाइमलाइट तो दूर। देखो तुसी क्या सी भी सियासी परिवार जी, असी सही पुछो तो समाज सेवक परिवार है जी। जी जिहड़े समाज सेवक हुंदे ने ओह लाइमलाइट विच थोड़ा घट आंदे ने जी, सियासी परिवार लाइमलाइट ज्यादा आंदे ने जी। मैनू भी मैं भी बड़ा एक्साइटेड सी तुहाडी इंटरव्यू करन दे लई, क्योंकि मैं देखते रहने कि तुहाडी इंटरव्यू कोई बड़ी हो ही नहीं हैगी। तां पहला मेरा क्वेश्चन यही है कि जो असी आ रहे सी तां उत्थे तुहाडे काम कीते हुए नज़र आ रहे सी, एक वड्डा पुल सी उत्थे, लोग दस रहे सी कि वड्डा पुल सरदार आदेश प्रताप सिंह कैरों होणा दे उद्दमां सदका बणिया है। उस पुल की कहानी यह भी है कि उत्थे तुसी जिहड़ा टोल प्लाजा भी नहीं लगन दिता, वख-वख टोल प्लाजे पंजाब दीआं सड़कां ते लगे हुए ने, अजकल तो छोटियां सड़कां ते भी लग गए ने, लोग बड़े परेशान ने, पर तुसी जिहड़ा वो वड्डा पुल बनाया जिहदे नाल फिरोजपुर फाजिलका तो अमृतसर आने वाले लोगों का 50 किलोमीटर का जिहड़ा सफर घट गया, किवें देखदे हो कि उस कहानी की है जिहड़े तुसी टोल प्लाजा उत्थे लगन नहीं दिता? सर सुखजीत सिंह, पहला तो बहुत बहुत धन्यवाद, तुसी अज टाइम कढ़िया इत्थे आए साडे कोल जी, और ਤੁਸੀਂ ਆਉਂਦੇ ਸਾਰ ਥੋੜ੍ਹੀ ਰਿਸਰਚ ਕਰਕੇ ਆਏ ਲੱਗਦੇ ਹੋ, ਪਤਾ ਲਾ ਕੇ ਆਏ ਲੱਗਦੇ ਹੋ। ਬਿਲਕੁਲ। ਦੇਖੋ ਜਦੋਂ ਪ੍ਰੋਜੈਕਟ ਲਾਈਦੇ ਨੇ ਹਲਕੇ ਦੀ ਜਾਂ ਪੰਜਾਬ ਦੇ ਵਿਕਾਸ ਵਾਸਤੇ ਕੰਮ ਕਰੀਦਾ ਤਾਂ ਤੁਸੀਂ ਪਹਿਲਾਂ ਲੋੜਾਂ ਜ਼ਰੂਰਤਾਂ ਸਮਝਦੇ ਹੋ ਵੀ ਕੀ ਅਸੀਂ ਅਫੋਰਡ ਕਰ ਸਕਦੇ ਹਾਂ ਅਤੇ ਕੀ ਪੰਜਾਬ ਨਹੀਂ ਅਫੋਰਡ ਕਰ ਸਕਦਾ। ਜਿਹੜਾ ਉਹ ਏਰੀਆ ਨਾ ਜੀ, ਉਹ ਬੜਾ ਪਿਛੜਿਆ ਹੋਇਆ ਏਰੀਆ ਜੀ, ਔਰ ਜੇ ਉੱਥੇ ਟੋਲ ਪਲਾਜ਼ਾ ਦਾ ਟੋਲ ਟੈਕਸ ਲਵਾ ਦਿੰਦੇ ਤਾਂ ਦੇਖੋ ਪੁਲ ਦਾ ਜਿਹੜਾ ਸਹੀ ਫਾਇਦਾ ਹੈ ਉਹ ਨਾ ਸ਼ਾਇਦ ਸਾਨੂੰ ਪਹੁੰਚ ਸਕਦਾ। ਉਹ ਜਿਹੜਾ ਉੱਥੇ ਬ੍ਰਿਜ ਬਣਿਆ ਨਾ ਜੀ, ਉਹਦੇ ਬੜੇ ਰੀਜ਼ਨਸ ਹੈ, ਬੜੇ ਲਾਭ ਹੈ ਜਿਸ ਕਰਕੇ ਬਣਾਇਆ ਗਿਆ ਸੀ। ਕੇਵਲ ਇਹ ਨਹੀਂ ਵੀ 50-55 ਕਿਲੋਮੀਟਰ ਘੱਟ ਗਿਆ ਜਾਂ ਚਲੋ ਅੱਜ ਕੱਲ੍ਹ ਦੇ ਜ਼ਮਾਨੇ 'ਚ ਹੁੰਦਾ ਵੀ ਦਰਿਆ ਦੇ ਲੰਘਣਾ ਪੁਲ ਬਣਾ ਦਿਉ, ਦਰਅਸਲ ਉਹ ਸਾਰਾ ਏਰੀਆ ਉਹਨੂੰ ਕਿਹਾ ਜਾਂਦਾ ਸੀ ਵੀ ਟੇਲ ਹੈ ਕਿ ਇਸ ਤੋਂ ਅਖੀਰ ਹੈ, ਇਸ ਤੋਂ ਅਗਾਂਹ ਤਾਂ ਪਾਕਿਸਤਾਨ ਦਾ ਬੈਰੀਅਰ ਹੈ ਅਤੇ ਜਾਂ ਦਰਿਆ ਹੈ। ਔਰ ਉੱਥੇ ਸਾਨੂੰ ਸਟਾਫਿੰਗ ਟੀਚਰਸ ਦੀ, ਮੈਡੀਕਲ ਦੀ ਜਾਂ ਫੈਸਿਲਿਟੀਜ਼, ਜਿਹੜੇ ਸਾਡੇ ਉੱਥੇ ਕਿਸਾਨ ਵੀਰ ਬੈਠਦੇ ਰਹਿੰਦੇ ਸਨ, ਉਹ ਬੜੀ ਮੁਸ਼ਕਲ ਸੀ ਜੀ। ਕਈ ਵਾਰੀ ਉਹ ਦਰਿਆ ਟੱਪਣ 'ਚ ਹਾਦਸੇ ਵੀ ਹੋ ਚੁੱਕੇ ਨੇ ਵੀ ਜਿਹੜੀ ਬੇੜੀ ਹੈ ਉਹ ਵੀ ਡੁੱਬ ਕੇ ਮੌਤਾਂ ਵੀ ਹੋ ਚੁੱਕੀਆਂ ਉਸ ਦਰਿਆ ਦੇ ਉੱਤੇ। ਅੱਛਾ। ਇਹ ਜਿਹੜਾ ਪਾਣੀ ਸਤਲੁਜ ਦਾ ਹੈ ਜੀ, ਇਹ ਜਿਹੜਾ ਹਰੀਕੇ ਤੋਂ ਫਾਲਤੂ ਪਾਣੀ ਹੈ ਇਹ ਪਾਕਿਸਤਾਨ ਜਾ ਰਿਹਾ, ਇਹ ਉਹਦੇ ਉੱਤੇ ਹੈ। ਫਿਰ ਜਦੋਂ ਜੰਗ ਲੱਗਦੀ ਹੈ ਜੀ, 65 ਦੀ ਲੱਗੀ, 71 ਦੀ ਲੱਗੀ, ਤਾਂ ਜਿਹੜਾ ਖੇਮਕਰਨ ਸੈਕਟਰ ਹੈ ਉਹ ਸੈਕਟਰ ਪਾਕਿਸਤਾਨ ਦਾ ਬੜਾ ਹਮਲਾ ਰਿਹਾ, ਕਿਉਂਕਿ ਸਾਡਾ ਏਰੀਆ ਕੱਟ ਆਫ ਸੀ ਕੋਈ ਜ਼ਿਆਦਾ ਵੱਡੀਆਂ ਆਰਮੀ ਕੰਟਰੋਲਮੈਂਟਸ ਆਪਣੇ ਦੇਸ਼ ਦੀਆਂ ਤੋਂ ਜੀ। ਜੇ ਆਰਮਡ ਕੋਰ ਹੈ ਤਾਂ ਉਹਦੀ ਸ਼ਾਇਦ ਮੂਵਮੈਂਟ ਜਲਦੀ ਹੋ ਨਾ ਪਾਈ, ਕਿਉਂਕਿ ਇਨਫਰਾਸਟਰਕਚਰ ਨਹੀਂ ਸੀ ਇੱਥੇ ਮੂਵ ਕਰਨ ਵਾਸਤੇ। ਔਰ ਦੂਜੇ ਪਾਸੇ ਜੀ ਵੀ ਜਿਵੇਂ ਸਾਡੀ ਜਿਹੜਾ ਫਿਰੋਜ਼ਪੁਰ ਹੈ ਇੱਕ ਵੱਡਾ ਸ਼ਹਿਰ ਹੈ, ਉਸ ਏਰੀਏ ਨੂੰ ਫਿਰੋਜ਼ਪੁਰ ਸਾਰਾ 1.5 ਘੰਟੇ ਦਾ ਸਫ਼ਰ ਹੈ, ਜਦਕਿ ਉੱਥੋਂ ਅੰਮ੍ਰਿਤਸਰ ਘੱਟੋ ਘੱਟ ਵੀ 1.5-1.5 ਘੰਟੇ ਦਾ ਸਫ਼ਰ ਹੈ ਉਸ ਥਾਂ ਤੋਂ ਜੀ। ਸੋ ਉਸ ਏਰੀਏ ਨੂੰ ਬਹੁਤ ਮੈਡੀਕਲ ਤੌਰ 'ਤੇ ਵੀ ਜਾਣ ਦਾ ਸੌਖਾ ਹੋ ਗਿਆ ਉੱਥੋਂ ਜੀ, ਐਜੂਕੇਸ਼ਨ ਉੱਥੇ ਟੀਚਰਸ ਬਹੁਤ ਆਈਆਂ। ਔਰ ਇੱਕ ਹੋਰ ਜੀ ਵੀ ਫਿਰੋਜ਼ਪੁਰ ਦਾ ਬੜਾ ਵੱਡਾ ਰੇਲਵੇ ਹੱਬ ਹੈ ਜਿਹਨੂੰ ਉਹ ਕਨੈਕਟ ਅਸੀਂ ਕਰ ਸਕੇ ਜੀ। ਅਤੇ ਇਹਦੇ ਇਲਾਵਾ ਜੀ ਕਿ ਵੀ ਜਿਹੜਾ ਸਾਡੀ ਅੱਗੇ ਨੂੰ ਅਸੀਂ ਇੰਡਸਟਰੀ ਦੀ ਪਲੈਨਿੰਗ ਕੀਤੀ ਹੈ ਉਹਦੇ ਵਾਸਤੇ ਇਹ ਬੜਾ ਇੰਪੋਰਟੈਂਟ ਲਿੰਕ ਹੈ। ਅੱਜ ਵੀ ਜੇ ਤੁਸੀਂ ਕਦੇ ਪਤਾ ਕਰੋ ਤਾਂ ਟਰੱਕਸ ਜਿਹੜੇ ਜਾਂਦੇ ਨੇ ਕਾਂਡਲਾ ਨੂੰ ਜੰਮੂ ਕਸ਼ਮੀਰ ਤੋਂ ਪਠਾਨਕੋਟ ਸਾਈਡ ਤੋਂ, ਉਹ ਆਹੀ ਰੂਟ ਲੈਂਦੇ ਨੇ ਉਹ ਇਹ ਬ੍ਰਿਜ ਦੇ ਉੱਤੋਂ ਦੀ ਕਾਂਡਲਾ ਜਾਣ ਨੂੰ। ਸਰ ਲੰਬਾ ਸਮਾਂ ਤੁਸੀਂ ਪੰਜਾਬ ਦੇ ਵਿੱਚ ਮੰਤਰੀ ਰਹੇ ਹੋ, ਫੂਡ ਪ੍ਰੋਸੈਸਿੰਗ ਮੰਤਰੀ ਰਹੇ ਹੋ, ਜੋ ਅੱਜ ਦੇ ਹਾਲਾਤ ਨੇ ਜਦੋਂ ਤੁਸੀਂ ਸਾਂਭਿਆ ਸੀ ਉਦੋਂ ਕੀ ਹਾਲਾਤ ਸੀਗੇ ਇਸ ਮਹਿਕਮੇ ਦੇ, ਅਤੇ ਇਸ ਮਹਿਕਮੇ ਦੇ ਵਿੱਚ ਤੁਸੀਂ ਕੰਮ ਕਰਦੇ ਹਾਂ, ਕਿਉਂਕਿ ਲੰਬਾ ਸਮਾਂ ਤੁਸੀਂ ਕੰਮ ਕੀਤਾ, 10 ਸਾਲ ਕੰਮ ਕੀਤਾ, ਕੀ ਸੁਧਾਰ ਇਸ ਮਹਿਕਮੇ ਦੇ ਵਿੱਚ ਤੁਸੀਂ ਕੀਤੇ? ਦੇਖੋ ਜਿਹੜਾ ਫੂਡ ਡਿਪਾਰਟਮੈਂਟ ਹੈ ਨਾ ਜੀ, ਇਹਦੇ ਨਾਲ ਕੰਜ਼ਿਊਮਰ ਅਫੇਅਰਸ ਵੀ ਵਿੱਚ ਹੁੰਦਾ ਔਰ ਫੂਡ ਪ੍ਰੋਸੈਸਿੰਗ ਵੀ ਥੋੜ੍ਹਾ ਬਹੁਤਾ ਨਾਲ ਹੁੰਦਾ ਜੀ। ਹਾਲਾਂਕਿ ਫੂਡ ਪ੍ਰੋਸੈਸਿੰਗ ਦਾ ਜ਼ਿਆਦਾ ਗਵਰਨਮੈਂਟ ਆਫ ਇੰਡੀਆ ਦਾ ਡੋਮੇਨ ਬਣ ਜਾਂਦਾ ਜੀ, ਸਟੇਟ ਦਾ ਇਹਦੇ 'ਚ ਘੱਟ ਹੁੰਦਾ ਜੀ।
फूड डिपार्टमेंट जो 2007 सू मतलब संगत ने सेवा दवाइया तो वो ये कि भी जिनी लास्ट जी पिछली उस भर्ती हुई सी सन 1977 की हुई जी तो जे साडे डिपार्टमेंट की इंस्पैक्टर स्ट्रेंथ 1400-1500 सी तो साढ़े कोल केवल तो केवल डिपार्टमेंट 400 इंस्पैक्टर रह गए सी। अच्छा। और वो इंस्पैक्टर भी जेडे कि रिटायरमेंट के नेड़े पहुँच चुके सर जिन्हों की उम्र 56-57 साल हो गई सी साल 1.5 साल 3 साल उन्होंने रिटायरमेंट स्टाफ की बहुत कमी सी स्टाफ की बहुत ज़्यादा कमी सी कमी की मतलब भर्ती नहीं 30 साल तो हुई सी जी और 30 साल फूड डिपार्टमेंट का सिस्टम ही बिल्कुल बदल गया से जी जो तो पैडी प्रोक्योरमेंट नहीं होंगी सी उस तो बाद हौली हौली पैडी क्रॉप आया पैडी क्रॉप के नाल 2 सीजन हो गए वीट पैडी हो गए पर स्ट्रेंथ वधन के बजाय होर इंस्पैक्टर की घट चुकी से सो सारे नालों पहला तो बड़ा इंपोर्टेंट सी भी स्टाफिंग करानी कि सही तरह स्टाफिंग कर लो कि ये ना होता है कि रही कोई ना और असी एक्सटेंशन देंदे देंदे काम चलाइए जी सो इंपोर्टेंट पॉइंट सी टू वेरी क्विकली डिफाइन कि वॉट वी नीड स्टाफ सानू कितना चाहिए और वो स्टाफ जिहड़ा है बहुत चंगे तरीके नाल भर्ती किया जाए जी और करा के असी उन्होंने जल्द तो जल्द ट्रेन करके उन्होंने सेवावां डिपार्टमेंट लै सकी भी किसी तरह की किसान नू किसी तरह की प्रोक्योरमेंट वेले मुश्किल ना आ पाए सो असी कोई लगभग 1400 इंस्पैक्टर भर्ती किया जिहड़ा कि भी सारे नाल पहली भर्ती सी और असी पंजाब यूनिवर्सिटी तो एग्जाम्स दवाए सी जी और बड़े सक्सैसफुल तरीके नाल सारा कुछ करती सी बहुत कुछ होया सी जी ते इहदे अलावा जी कभी स्टाफिंग कटनी सी भी चलो मतलब गल कहन लगे थोड़ी जी इस गल का अफसोस भी होंगे कि जो सा हेड ऑफिस बिल्डिंग सी वो किराए पर सी और कोई डिस्प्यूट चल रहा सी जिहड़ा उसका मालिक से। अच्छा। और एविक्शन ऑर्डर विभाग विभाग के हेड ऑफिस से और शायद एविक्शन ऑर्डर भी मिले हुए सी और उसकी बिजली कटी हुई सी साडे हेड ऑफिस की। अच्छा। और जनरेटर के उत्ते काम होंदा सी जनरेटर चला के लिफ्ट भी कदे चलती सी कदे नहीं चलती सी कोई बैठन का तरीका नहीं सी लमारियां दे नाल पार्टीशनां कीतियां होईयां सी कोई कंप्यूटराइजेशन नहीं सी कोई इनफॉर्मेशन गैदरिंग नहीं सी सो बिल्कुल जिवें हैड ऑफिस जिहड़ा सी कोई फाइलिंग का हिसाब नहीं सी जे फाइल रूम जाके देखो तो उत्थे फाइल लभ नहीं सकदी सी कहन दा मतलब ए है जी कि भी इट वॉज वेरी अनऑर्गनाइज्ड एंटायर ऑफिस इन्हें माड़े हालातों दे विच भी तुसीं बड़ा उत्थे काम कीता कंप्यूटराइजेशन कीती वो फिर किस तरीके नाल होए इस तो एक होर भी है जी पहला जिहड़ी मैं गल सुनी चाहूँगा कि इहदे अलावा कि भी कोई भी फाइनैंशियल डिपार्टमेंट फाइनैंस डिपार्टमेंट डिपार्टमेंट दे कोल नहीं सी कोई अकाउंट कीपर साडे कोल नहीं सी जबकि जो तुसीं एस्टीमेट लाया भी सानू घट तो घट 50 अकाउंटेंट्स चाहिए ने बी कॉम एम कॉम जिहड़ा कि डिपार्टमेंट का हिसाब रख सकन जी आया गया दा सब दी रख सकन जी बैलेंस शीट्स बना सकन जी वो सारा कुछ भी डिपार्टमेंट विच है नहीं सी। अच्छा। सो जे थोड़े को स्टाफ है नहीं फील्ड स्टाफ थोड़े को ऑफिस स्टाफ फाइनेंस सेक्शन एग्जिस्ट ही नहीं करती जिन्हों नवे सिरों क्रिएट करनी है राइट फ्रॉम अकाउंट्स सीनियर मैनेजर मैनेजर टू ऑपरेटर सब करने हैं और जे थोड़े को रखन नू बिल्डिंग भी कराए तो जिसे जनरेटर नाल बिजली दिती जाती है और कनैक्शन कटिया होया है तो तुसीं कोई कल्चर नहीं क्रिएट कर सकते जिहड़ा कि जे चेंज लेना तुसीं जे तुसीं सिस्टम नू चलाना है तो तुहानू कल्चर क्रिएट करना पैंदा सेंस ऑफ रिस्पोंसिबिलिटी हरेक इंड्यूस करनी पैंदी कि इनवाइव कर सकन असीं चाहुंदे की है एक डायरेक्शन देनी पैंदी है सो पहला चैलेंज ये सी कि रिक्रूटमेंट बोथ इन फील्ड एंड इन ऑफिस एंड प्रोसेस स्टार्ट करो भी जिहदे नाल आपका हैड ऑफिस बन सके क्योंकि हैड ऑफिस बहुत ज़्यादा स्टाफ होंदा और असीं 2-3 थावां ते स्टाफ नहीं रख सकते सानू एक थां ते स्टाफ रखना पैंदा फॉर अ प्रॉपर कंट्रोल क्योंकि लाइजॉन कभी फील्ड नाल नहीं कितने 1800 मंडियां नाल नहीं 40,000 आढ़तियां नाल नहीं 4,000 शेलर नाल नहीं हज़ारां च वेयरहाउसेस नाल नहीं बल्कि दिल्ली गवर्नमेंट सेंट्रल गवर्नमेंट के नाल भी FCI के नाल भी लेटेस्ट सिस्टम्स ऑफ कम्युनिकेशन इस्टैबलिश करके सानू इंटरैक्ट करना पैंदा जी लीगल टीम भी साड़ी कोई इन्नी है नहीं सी बिकॉज जदों तुसीं सेल परचेज करते हो तो थोड़े कोल एक बड़ी प्रोफेशनल लीगल टीम भी चाहिए है भी डिस्प्यूट होंगे ने गवर्नमेंट ऑफ इंडिया के नाल हर सीजन पर होंगे ने कदम कदम पर होंगे ने कोई रैंडम पॉलिसीज रैंडम वो आप दियाँ सानू
ਭੇਜ ਦਿੰਦੇ ਨੇ ਜਿਹਨੂੰ ਸਾਨੂੰ ਰਿਐਕਟ ਕਰਕੇ ਲੀਗਲੀ ਫਾਈਟ ਕਰਨਾ ਪੈਂਦਾ। ਸੋ ਇੱਕ ਲੀਗਲ ਸੈੱਲ ਵੀ ਕ੍ਰੀਏਟ ਕਰਨਾ ਬੜਾ ਜ਼ਰੂਰੀ ਸੀ, ਜਿਹੜਾ ਕਿ ਅਸੀਂ ਕ੍ਰੀਏਟ ਕੀਤਾ ਟੂ ਇੰਟਰੈਕਟ ਵਿਦ ਗਵਰਨਮੈਂਟ ਆਫ ਇੰਡੀਆ। ਤੁਹਾਡੀ ਸਰਕਾਰ ਦਾ ਫਿਰ ਤੁਹਾਨੂੰ ਸਪੋਰਟ ਕਿਹੋ ਜਿਹਾ ਰਿਹਾ? ਅਸੀਂ ਜਿਹੜੀ ਥਾਂ ਲਿੱਤੀ ਜੀ, ਬਿਲਡਿੰਗ ਬਣਾਈ ਹੈ, ਅਸੀਂ ਆਪਦੇ ਡਿਪਾਰਟਮੈਂਟ 'ਚੋਂ ਫੰਡ ਜਨਰੇਸ਼ਨ ਕਰਕੇ ਜ਼ਮੀਨ 'ਤੇ ਬਿਲਡਿੰਗ ਬਣਾਈ ਹੈ। ਅੱਛਾ। ਔਰ ਚੰਡੀਗੜ੍ਹ ਦੇ ਵਿੱਚ ਬਣਾਈ ਹੈ, ਤੁਸੀਂ ਜਾ ਕੇ ਕਿਤੇ ਦੇਖਿਓ ਦਫ਼ਤਰ, ਅਤੇ ਮੈਂ ਜ਼ਿਆਦਾ ਕੀ ਕਹਾਂ, ਤੁਸੀਂ ਆਪ ਜਾ ਕੇ ਦੇਖ ਕੇ ਆਓ ਦਫ਼ਤਰ, ਤੁਹਾਨੂੰ ਪਤਾ ਲੱਗ ਜਾਏਗਾ। ਅਸੀਂ ਆਪ, ਸੋ ਸਾਡਾ ਹੈੱਡ ਆਫਿਸ ਸਾਰਾ ਅਸੀਂ ਸ਼ਿਫਟ ਉੱਥੇ ਕੀਤਾ, ਸਾਰੀ ਅਸੀਂ ਸਟਾਫਿੰਗ ਕੀਤੀ ਉਹਦੇ, ਬਕਾਇਦਾ ਫਾਈਲ ਰੂਮ, ਸਟੋਰੇਜ ਰੂਮਸ, ਕਿਉਂਕਿ ਬੜੇ ਕੰਟਰੈਕਟ ਹੁੰਦੇ ਨੇ, ਕੰਟਰੈਕਟਸ ਨੂੰ ਸੇਫ ਕਰਨਾ ਪੈਂਦਾ। ਅਕਸਰ ਤੁਹਾਡਾ ਕਿਸੇ ਨਾਲ ਜੇ ਲੀਗਲ ਕੰਟਰੈਕਟ ਹੈ, ਕੱਲ੍ਹ ਨੂੰ ਕੰਟਰੈਕਟ ਹੀ ਨਾ ਮਿਲੇ, ਤੁਸੀਂ ਕਿਸੇ ਨੂੰ ਕੀ ਕੋਰਟ ਲਿਜਾ? ਬਿਲਕੁਲ ਬਿਲਕੁਲ। ਸੋ ਸਪੈਸ਼ਲ ਚੇਂਬਰ, ਸਪੈਸ਼ਲ ਰੂਮਸ ਹੁੰਦੇ ਨੇ ਜਿਹੜੇ ਕਿ ਵੀ ਸਟੋਰੇਜ ਵਾਸਤੇ ਅਲੱਗ, ਫਾਈਲਿੰਗ ਵਾਸਤੇ ਅੱਜ, ਕੰਟਰੈਕਟਸ ਵਾਸਤੇ ਅੱਜ, ਉਹ ਸਾਰੇ ਸਾਇੰਟੀਫਿਕਲੀ ਕ੍ਰੀਏਟ ਕਰਨੇ ਪਏ ਔਰ ਅਸੀਂ ਸਾਰੇ ਕ੍ਰੀਏਟ ਕੀਤੇ ਜੀ। ਬਿਲਕੁਲ। ਇੱਕ ਜਦੋਂ ਤੁਸੀਂ ਆਟਾ ਦਾਲ ਸਕੀਮ ਸ਼ੁਰੂ ਕੀਤੀ ਹੈ, ਉਹਦੇ ਵਿੱਚ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਗਰੀਬਾਂ ਵਾਸਤੇ ਤਾਂ ਚਲੋ ਠੀਕ ਹੈ, ਸਮਝ ਆਉਂਦੀ ਹੈ ਗੱਲ ਕਿ ਗਰੀਬਾਂ ਵਾਸਤੇ ਇਹ ਸਕੀਮ ਜਿਹੜੀ ਹੈਗੀ ਹੈ ਬੜੀ ਵਧੀਆ, ਅੱਜ ਵੀ ਉਹ ਜਿਹੜੀ ਹੈ ਚੱਲ ਰਹੀ ਹੈ, ਪਰ MSP ਦੇ ਤੌਰ 'ਤੇ ਵੀ ਕਿਹਾ ਜਾ ਰਿਹਾ ਕਿ MSP ਬਣੀ ਰਹੇਗੀ ਇਸ ਆਟਾ ਦਾਲ ਸਕੀਮ ਦੇ ਨਾਲ, ਉਹ ਗੱਲ ਸਮਝ ਰਹੀ ਹੈ? ਦੇਖੋ, ਤੁਸੀਂ ਬਹੁਤ ਹੀ ਇੱਕ ਅੱਛਾ ਕੁਐਸਚਨ ਪੁੱਛਿਆ, ਜਿਹੜਾ ਮੇਰਾ ਵੀ ਜੀ ਕਰਦਾ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ 'ਚ ਐਕਸਪਲੇਨ ਕਰਾਂ ਜੀ ਕੁਐਸਚਨ। ਮੇਰੀ ਦੇਖੋ ਆਪ ਦੀ ਸੋਚ ਹੈ, ਦਿਸ ਇਜ਼ ਮਾਈ ਵਿਜ਼ਨ ਜੀ, ਕੋਈ ਅਗਰੀ ਕਰੇ ਨਾ ਕਰੇ ਡਿਫਰੈਂਟ ਸਟੋਰੀ, ਬਟ ਦਿਸ ਇਜ਼ ਮਾਈ ਵੈਰੀ ਕਲੀਅਰ ਵਿਊਜ਼ ਔਨ ਇਟ ਜੀ। ਜੀ, ਦੇਖੋ ਜਦੋਂ ਇੱਕ ਤਾਂ ਸਾਰਿਆਂ ਨਾਲੋਂ ਪਹਿਲਾਂ ਦੇਖੋ ਆਪਾਂ ਹਿਊਮੈਨੀਟੇਰੀਅਨ ਪੁਆਇੰਟ ਆਫ ਵਿਊ ਤੋਂ ਗੱਲ ਨੂੰ ਇਸ ਨੂੰ ਅਵੈਲਿਊਏਟ ਕਰੋ ਜੀ। ਪੰਜਾਬ ਜਿਹੜੇ ਸਾਰੇ ਦੇਸ਼ ਨੂੰ ਰੋਟੀ ਦਿੰਦਾ, ਫੂਡ ਬੋਲ ਆਫ ਇੰਡੀਆ ਕਿਹਾ ਜਾਂਦਾ। ਬਿਲਕੁਲ। ਜੇ ਫੂਡ ਬੋਲ ਆਫ ਇੰਡੀਆ ਹੈ ਤਾਂ ਘੱਟੋ ਘੱਟ ਫੂਡ ਬੋਲ ਹਰੇਕ ਘਰ 'ਚ ਤਾਂ ਮੁਹੱਈਆ ਕੀਤਾ ਜਾਵੇ ਕਿ ਨਾ ਕੀਤਾ ਜਾਵੇ? ਬਿਲਕੁਲ ਕੀਤਾ ਜਾਵੇ। ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਆਪਦੇ ਆਪ ਨੂੰ ਫੂਡ ਬੋਲ ਘੁਆ ਰਹੇ ਹੋ ਅਤੇ ਨਾਲ ਦੇ ਪੰਜਾਬ ਦੇ ਆਪਦੇ ਘਰਾਂ ਦੇ ਵਿੱਚ ਹਜ਼ਾਰਾਂ ਸੈਂਕੜੇ ਘਰਾਂ ਦੇ ਵਿੱਚ ਉਹ ਬੋਲ ਖਾਲੀ ਪਈ ਹੈ, ਉਹਨੇ ਖਾਣਾ ਕੋਈ ਨਹੀਂ, ਤਾਂ ਦ ਵਰਡ ਬਿਕਮਸ ਅ ਮਿਸ ਨੋਮਰ, ਕਿਉਂਕਿ ਤੁਹਾਡੇ ਬੰਦੇ ਰਾਤ ਨੂੰ ਭੁੱਖੇ ਸੌਂਦੇ। ਬਿਲਕੁਲ। ਸੋ ਇਹ ਬੜਾ ਇੰਪੋਰਟੈਂਟ ਸੀ ਕਿ ਇਹ ਜਿਹੜੀ ਮਾੜੀ ਕਿਸਮਤ ਕਹਿ ਲਓ, ਬਦਨਸੀਬੀ ਕਹਿ ਲਓ, ਕਿ ਇਸ ਨੂੰ ਰਿਮੂਵ ਕੀਤਾ ਜਾਵੇ ਜੀ। ਗਵਰਨਮੈਂਟ ਆਫ ਇੰਡੀਆ ਦੀ ਪੁਰਾਣੀ ਸਕੀਮ ਪੀੜੇ ਕਾਰਡ ਦੀ ਚੱਲਦੀ ਆਉਂਦੀ ਸੀ, ਪਰ ਉਹ ਸਕੀਮ ਸਮਹਾਓ, ਚਲੋ ਕਿਹਦੀ ਗਲਤੀ ਕਿਹਦੀ ਨਹੀਂ ਸੀ, ਆਈ ਡੋਂਟ ਵਾਂਟ ਟੂ ਗੋ ਇਨ ਟੂ ਦੈਟ ਨਾਓ, ਆਈ ਵਾਂਟ ਟੂ ਕਮੈਂਟ ਅਪੋਨ ਇਟ, ਪਰ ਇਹ ਸੀ ਜੀ ਸਾਡੇ ਪੰਜਾਬ ਵਿੱਚ ਪੀੜੇ ਕਾਰਡ ਲਗਭਗ 4.25 ਲੱਖ ਹੁੰਦੇ ਸੀ ਜਦੋਂ ਡਿਪਾਰਟਮੈਂਟ ਮਿਲਿਆ ਦੀ, ਉਹ 4.25 ਲੱਖ ਫੈਮਿਲੀ ਸੀ ਕੇਵਲ ਅਤੇ ਕੇਵਲ ਜਿਹਨਾਂ ਨੂੰ ਕੋਈ ਬੈਨੀਫਿਟ ਮਿਲਦਾ ਸੀ ਫੂਡ ਐਟ ਅ ਸਬਸਿਡਾਈਜ਼ਡ, ਗ੍ਰੇਨਸ ਐਟ ਅ ਸਬਸਿਡਾਈਜ਼ਡ ਕੋਸਟ ਜੀ। ਜਦੋਂ ਅਸੀਂ ਲਿਸਟਾਂ ਲੁਸਟਾਂ ਤਿਆਰ ਕੀਤੀਆਂ ਬਣਾਈਆਂ, ਅਤੇ ਕਿਉਂਕਿ ਉਹ ਵੀ ਬੜੀ ਪੁਰਾਣੇ ਬਣੇ ਹੋਏ ਸੀ, ਸਾਨੂੰ ਕੋਈ ਪੂਰੇ ਮਿਲ ਵੀ ਨਹੀਂ ਪਾਏ, ਘੱਟ ਫੈਮਿਲੀਜ਼ ਮਿਲੀਆਂ, ਪਰ ਪੁਆਇੰਟ ਇਹ ਹੈ ਕਿ ਵੀ ਸਾਡਾ ਓਨਲੀ 8% ਆਫ ਪੰਜਾਬ ਪਾਪੂਲੇਸ਼ਨ ਵਾਸ ਕਵਰਡ ਅੰਡਰ ਦ ਯੈਲੋ ਕਾਰਡ, ਜਿਹੜਾ ਕਿ ਪਹਿਲਾਂ ਸੁਣਦੇ ਹੋਵੋਗੇ ਤੁਸੀਂ। ਨੇਬਰਿੰਗ ਸਟੇਟ ਹਰਿਆਣਾ ਵਿੱਚ 28% ਕਵਰੇਜ ਸੀ, ਔਰ UP ਬਿਹਾਰ ਵਿੱਚ 65% ਕਵਰੇਜ ਹੈਗੀਆਂ ਸੀ। ਹੁਣ ਦੇਖੋ ਨਾ, ਨਾਲ ਦੀ ਸਟੇਟ ਹਰਿਆਣਾ 28 ਹੋਏ, ਅਸੀਂ 8 ਹੋਏ, ਸੋ ਆਬਵੀਅਸਲੀ ਦੇਰ ਵਾਸ ਸਮਥਿੰਗ ਵਿੱਚ ਜਿਹੜਾ ਕਿ ਵੀ ਬਹੁਤ ਉੱਥੇ ਗਲਤ ਹੋਇਆ ਹੋਇਆ। ਬਿਲਕੁਲ। ਸੋ ਮੇਰਾ ਜੀ ਵੱਡਾ ਨਿਸ਼ਾਨਾ ਪਹਿਲਾਂ ਹੀ ਸੀ ਕਿ ਵੀ ਦੇਖੋ ਕਿ ਵੀ ਇਸ ਚੀਜ਼ ਨੂੰ ਰੈਕਟੀਫਾਈ ਕਰਾਉਣਾ ਜ਼ਰੂਰੀ ਹੈ। ਉਹ ਰੈਕਟੀਫਾਈ ਕਰਨ ਵਾਸਤੇ ਸਾਨੂੰ ਜਦੋਂ ਮੌਕਾ ਮਿਲਿਆ ਕਿ ਕੁਝ ਸਾਲਾਂ ਬਾਅਦ ਦੁਬਾਰਾ ਉਹ ਪ੍ਰੋਸੈਸ ਹੁੰਦਾ ਹੈ ਵੇਅਰ ਕਿ ਤੁਸੀਂ ਦੁਬਾਰਾ ਅਵੈਲਿਊਏਟ ਕਰਦੇ ਹੋ ਵੀ ਕੌਣ ਗਰੀਬੀ ਦੀ ਰੇਖਾ ਤੋਂ ਥੱਲੇ ਥੱਲੇ। ਬਿਲਕੁਲ। ਜਦੋਂ ਅਸੀਂ ਮੀਟਿੰਗ ਬੈਠੇ ਤਾਂ ਗਰੀਬੀ ਦੀ ਰੇਖਾ ਦਾ ਸਾਨੂੰ ਫਿਗਰ ਦਿੱਤਾ ਜੀ, ਆਹ ਗਰੀਬੀ ਦੀ ਰੇਖਾ ਹੈ, ਆਹ ਪੁਆਇੰਟਸ ਹੈ, ਜਿਹੜਾ ਇਹਨੂੰ ਕੰਪਲਾਈ ਕਰੇਗਾ ਉਹ ਗਰੀਬ ਹੈ, ਜਿਹੜਾ ਗਰੀਬ ਹੈ ਤੁਸੀਂ ਉਹਨੂੰ ਹੀ, ਜਿਹੜਾ ਆਰਥਿਕ ਤੌਰ 'ਤੇ ਕਮਜ਼ੋਰ ਹੈ, ਤੁਸੀਂ ਉਹਨੂੰ ਹੀ ਤੁਸੀਂ ਗ੍ਰੇਨਸ ਦੇ ਸਕਦੇ। ਬਿਲਕੁਲ। ਤਾਂ ਜੀ ਉੱਥੇ ਫਿਰ ਮੈਂ ਇਸ਼ੂ ਰੇਜ਼ ਕੀਤੀ, ਮੈਂ ਕਿਹਾ ਜੀ ਦੇਖੋ ਯੂ ਕੈਨ ਨੋਟ, ਤੁਸੀਂ ਇਹ ਨਹੀਂ ਕਰ ਸਕਦੇ ਵੀ ਸਾਨੂੰ ਇੱਕ ਲਿਸਟ ਬਣਾ ਦਿਓ, ਦੇਖੋ ਜੀ ਇਸ ਨੂੰ ਕੰਪਲਾਈ ਕਰੋ। ਐਵਰੀ ਸਟੇਟ, ਹਰ ਸਟੇਟ ਦੀ ਆਪਦੀ ਹੁੰਦੀ ਹੈ ਜਿਹਨੂੰ ਅਸੀਂ ਸਮਝਦੇ ਹਾਂ ਕਿ ਜੀ ਇਹ ਆਰਥਿਕ ਤੌਰ 'ਤੇ ਕਮਜ਼ੋਰ ਹੈ। ਹੁਣ ਜਿਹੜੀ ਤੁਸੀਂ ਲਿਸਟ ਦਿੱਤੀ ਇਹਦੇ ਨਾਲ ਤਾਂ ਸ਼ਾਇਦ ਸਾਡੇ ਪੰਜਾਬ 'ਚ ਕੋਈ ਵੀ ਨਾ ਬਣੇ। ਉਹ 'ਚ ਬੜੀ ਇਹੋ ਜਿਹੀ ਗੱਲਾਂ ਸੀ, ਘਰ 'ਚ ਫਰਿੱਜ ਨਾ ਹੋਏ, ਉੱਥੇ TV ਨਾ ਹੋਵੇ, ਹਾਂਜੀ ਬੱਕਰੀਆਂ ਪਾਲੀਆਂ, ਕਰਜ਼ਾ ਨਾ ਲਿੱਤਾ ਹੋਵੇ। ਹੁਣ ਦੇਖੋ ਇੱਕ ਬੰਨੇ ਪਾ ਕਹਿੰਦੇ ਕਰਜ਼ਾ ਲਓ, ਇੱਕ ਬੰਨੇ ਪਾ ਕਹਿੰਦੇ ਕੋਠਾ ਪੱਕਾ ਬਣਾਓ, ਹਾਂ ਫਿਰ ਉਸੀ ਜੇ ਤੁਹਾਡੇ ਘਰ ਬਾਥਰੂਮ ਹੋਵੇ ਤੁਸੀਂ ਫਿਰ ਗਰੀਬੀ ਦੀ ਰੇਖਾ ਨਾਲ ਨਹੀਂ ਤੁਸੀਂ ਤੁਸੀਂ ਇਸ 'ਚ ਅਸੈਪਟ ਹੁੰਦੇ ਜੀ। ਹੁਣ ਆਫਟਰ ਆਲ ਇਹ ਚੀਜ਼ਾਂ ਰੈਡੀਕੁਲਸ ਨੇ ਜੀ। ਬਿਲਕੁਲ। ਹੈ ਨਾ, ਵੀ ਤੁਸੀਂ ਬਾਅਦ 'ਚ ਬਾਥਰੂਮ ਬਣਾ ਲਓ ਫਿਰ ਮੈਂ ਕੱਟਣ ਜਾਊਂਗਾ ਕਿਸੇ ਦਾ। ਬਿਲਕੁਲ। ਸੋ ਜਿਹੜੀਆਂ ਗਰੀਬੀ ਦੀ ਰੇਖਾ ਸੀ, ਅਸੀਂ ਕਿਹਾ ਸੀ ਵੀ ਹਰ ਸਟੇਟ ਨੂੰ ਆਪਦੀ ਪਰਮਿਸ਼ਨ ਦਿਓ, ਅਥਾਰਿਟੀ ਦਿਓ, ਜਿਹਦੇ ਵਿੱਚ ਉਹ ਆਪ ਡਿਫਾਈਨ ਕਰ ਸਕਣ ਕਿ ਵਾਟ ਇਜ਼ ਦ ਪਾਵਰਟੀ ਲਾਈਨ, ਕੀ ਹੈ। ਠੀਕ।
और असी कोई ये नहीं भी एवं कोई रैंडम कोई आर्बिट्री पॉवर्टी लाइन बना लेंगे विद प्रॉपर साइंटिफिक रैशनल के नाल असी पॉवर्टी लाइन डिफाइन करांगे पॉवर्टी लाइन बनावांगे। वो कहते जी बेसिकली देखो तुम ये कह रहे हो फेडरलिज्म की गल कर ली कि स्टेट नू पावर दे दो रेखा डिफाइन करन दा। मैं कह जी आई डोंट नो वेदर यू वॉन्ट टू कॉल इट फेडरलिज्म तुसी की कहना चाहोगे बट आई एम वॉट आई एम सेइंग मेक्स सेंस फॉर एवरी स्टेट। सो उन्होंने कहा सानू टाइम दो थोड़ा जहा वी हैव टू डिसाइड दिस इशू कि वेदर असी तुहानू एम्पावर कर सकते हैं कि नहीं कर सकते। मैं कह जी टाइम ले लो बट विदाउट दैट तुसी नैशनल फूड सिक्योरिटी की गल कर रहे हो तो मेरा ख्याल कि गल करनी कोई फायदेमंद है नहीं है जो तुम कहोगे जी साढ़े तो आप पॉलिसी है। चलो जी आई थिंक गुड सेंस प्रवेल्ड ते असी पॉलिसी गवर्नमेंट ऑफ इंडिया तो बनवा ली कि एवरी स्टेट आप दी पॉवर्टी लाइन आप डिफाइन कर ले। सो जो मैं स्टेट इंपावर होगी साड़ी इस चीज़ का कानून बनाने वास्ते फिर असी आप दी पॉवर्टी लाइन डिफाइन की थी। बड़ा सिंपल प्रोसैस है जी असी ये किया कि जो मिनिमम वेज है पंजाब की वो मिनिमम वेज नू लैके जो है जिन्हों की इनकम उन्नी नहीं है विद 300 वर्किंग डेज उसनों असी लाइन डिफाइन कर ली कि जी ये जिनी इनकम इस तो घट है ऑटोमैटिकली दे बिलो फॉर पॉवर्टी लाइन और प्रैक्टिकल गल रख दी जी भी जी पिंड की थोड़े को पांच मरले जमीन तो घट इन्नी है और फिर पांच मरले भापे देने लैंडलैस आप कह नहीं सकते। सो जी बड़ी प्रैक्टिकल जी पॉलिसी बनाती जिसे मार्जिनल फार्मर्स भी आ जाए हाँ जी और शहर की कुछ डिफरेंट करती क्योंकि शहर 2 acres इज अ लॉट ऑफ मनी बिल्कुल पिंड में 2.5 acres कुछ भी नहीं है। सो असी मार्जिनल स्मॉल फार्मर्स की लैंड होल्डिंग इंक्लूड करके असी एक प्रैक्टिकल तौर पर एक पॉवर्टी लाइन की डेफिनेशन देती जिहदे नाल जो असी इवैल्यूएट किया साढ़े लगभग ओवरऑल एवरेज पंजाब की अर्बन रूरल पा के असी 50-51% ऑफ द पॉपुलेशन साड़ी बिलो पॉवर्टी लाइन आ गई पंजाब की। हाँ जी हरियाणा की 47-48 सी पर देन महाराष्ट्र यूपी बिहार का 70% होनी है और गवर्नमेंट ऑफ इंडिया आल्सो फेल्ट सैटिस्फाइड कि जी तुसी उन्हां तो वेल बिलो हो ते तुसी मतलब प्रैक्टिकल व्यू ले लो दे वर वेरी हैप्पी विद इट एंड आई वाज ग्लैड कि हैप्पी है। सो साडी ना जी पंजाब की आबादी 2,85,00,000 है जिहदे विचों साडा लिमिट आ गया 1,44,00,000 का जिहड़ा कि तुसी बना सकते हो किथे असी 8% ते सी किथे असी 51% है। इंपॉर्टेंट गल इत है जी कि दिस जी है जी नैशनल फूड सिक्योरिटी थले सू ग्रेनस मिलती है ये ग्रेन का ऑलमोस्ट 95% चलो हम 1-2% थले हो सकता मैं कह नहीं सकता जी बट मेजर मेजर यदा पार्ट जरा गवर्नमेंट ऑफ इंडिया ने रीइंबर्स करना होंगे ये स्टेट से बोझ नहीं होंगे ये गवर्नमेंट ऑफ इंडिया ने पे करना सारे का सारा अमाउंट। सो जो कि MSP 25-30 रुपए भी हो सकती है पर जो खपतकार है उसनों वो चीज़ 2 रुपए से मिल रही है। बिल्कुल हम इस मैं थोड़ा बाद च एक्सप्लेन करूँ कि MSP के नाल की रेलेवेंस है पर पहले मैं ये चीज़ में थोड़ा सोशल ऑब्जेक्टिव को क्लीयर करा जी। हम देखो ये फिर एक स्पैशल कैटेगरी होर होंगी है AAY जिहड़े कि पुअरेस्ट ऑफ द पुअर हम असी वो भी क्रिएट की जी पुअरेस्ट ऑफ द पुअर उस डिफाइन किया कि जी विडो कोई माता होवे जिसे कोई आमदन का साधन ना होर स्पेशल कैटेगरी क्रिएट कर दो अनाथ बच्चे ने उन्हें वास्ते क्रिएट कर दो फिर जो कोई बड़ी बीमारी कैंसर अर्गी तो होई हुई है या कोई बड़ी होर यह जानलेवा बीमारी है उन्होंने असी कहता जी स्पेशल कैटेगरी हैगी है जिन्होंने इंस्टेड ऑफ नॉर्मल कोटा जो बाकी मिलता है तो उन्होंने एक लमसम भावें 3G हो भावें 2G हो असी उन्होंने एज ए फैमिली ट्रीट करा ना एज ए इंडिविजुअल ट्रीट करा असी स्पेशल कैटेगरी बनाती भी असी कहना गवर्नमेंट ऑफ इंडिया तो ही दी है क्योंकि असी इंटाइटल्ड सी लैब तो बिल्कुल हूँ जिमें जी कई थावां ते हूँ जिमें पिंगलवाड़ा जी अमृतसर आला हूँ कई बार की होंगे जी मैं काम करते वेख्या कि जिथे वोटा की गल होगी हरेक ने बना ले जे वोट नहीं बनाते उन्होंने बनती नहीं सिंगलवाड़ा की कोई वोट नहीं जी बड़ी दुख भी होया कि उन्होंने किसी ने नीला कार्ड शुरू भी नहीं किया। बिल्कुल सो यह जी संस्थावां का असी आप डिपार्टमेंटली ऑर्डर दे के जिमें पिंगलवाड़ा हो गया कुकोड जिथे रेंदे ने जी उन्होंने अपकीप ध्यान किया जाता वो संस्थावां बड़ी चंगी वास्ते असी फिर जा के उन्होंने आप कार्ड बनाए स्पेशल कैटेगरी वाले जी कि वह संस्थावां नूं कणक मिलती रहेगी घट रेट से मिलती रहेगी सो दैट उन्होंने घट्टो घट रोटी वालों मुश्किल बिल्कुल 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 एंड मैं फिर रिपीट करूँ जी सारा असी गवर्नमेंट ऑफ इंडिया तो फंडिंग कराई स्कीम भी असी ए बनाई गवर्नमेंट ऑफ इंडिया तो फंडिंग कराई स्कीम की जी डिटेल पर पैना नहीं चाहता जी क्योंकि सारी स्कीम मेरी ही बनाई गई है वो रूल्स भी मैं बैंक ड्राफ्ट कराई सी जी सारा कुछ किया फिर असी फूड कमीशन भी बनाई जे किसी को इतराज है अप्रोच कर सकता है
ਪਰ ਜੀ ਜਿੰਨਾ ਅਪਰੋਚ ਕਰਨਾ ਚਾਹੀਦਾ ਸੀ ਉਹਨਾਂ ਅਪਰੋਚ ਕਮਿਸ਼ਨ ਨੂੰ ਨਹੀਂ ਹੋਇਆ ਤੇ ਮੈਂ ਇਸ ਗੱਲ ਦੀ ਵੀ ਆਸ ਰੱਖਦਾ ਜੀ ਵੀ ਅੱਗੇ ਤੋਂ ਫੂਡ ਕਮਿਸ਼ਨ ਦਾ ਜਿਹੜਾ ਸਹੀ ਬੈਨੀਫਿਟ ਹੈ ਹਰੇਕ ਲਵੇ ਜੀ ਨੂੰ ਨਹੀਂ ਮਿਲਦਾ ਕੰਪਲੇਂਟ ਕਰਕੇ ਆਪਦਾ ਹੱਕ ਲਵੇ ਜੀ ਬਿਲਕੁਲ ਫਿਰ ਐਮਐਸਪੀ ਮੈਂ ਹੁਣ ਐਮਐਸਪੀ ਦੀ ਗੱਲ ਤੁਹਾਨੂੰ ਐਕਸਪਲੇਨ ਕਰ ਰਿਹਾ ਦੇਖੋ ਨਿਵੇਂ ਹੈ ਹਮੇਸ਼ਾ ਫੂਡ ਦੇ ਵਿੱਚ ਦੋ ਇਸ਼ੂਜ਼ ਆਉਂਦੀਆਂ ਇੱਕ ਹੁੰਦਾ ਹੈ ਪ੍ਰੋਡਿਊਸਰ ਇੱਕ ਹੁੰਦਾ ਹੈ ਬਾਇਰ ਇੱਕ ਕਿਸਾਨ ਜੋ ਪੈਦਾ ਕਰਦਾ ਇੱਕ ਉਹ ਜੋ ਖਪਤਕਾਰ ਹੈ ਕੰਜ਼ਿਊਮਰ ਹੈ ਜੋ ਉਸਨੂੰ ਕੰਜ਼ਿਊਮ ਕਰਦਾ ਬਿਲਕੁਲ ਜੇ ਆਪਾਂ ਐਮਐਸਪੀ ਵਧਾਈ ਚੱਲਾਂਗੇ ਤੇ ਆਪਾਂ ਕੰਜ਼ਿਊਮਰ ਨੇ ਵਿੱਚੋਂ ਕੰਪਲੇਂਟ ਕਰ ਦੇਣਾ ਕਿ ਜੀ ਮੈਂ ਤਾਂ ਅਫੋਰਡ ਨਹੀਂ ਕਰ ਸਕਦਾ ਤੁਸੀਂ ਇੰਨਾ ਵਧਾਓ ਨਾ ਬਿਲਕੁਲ ਆਪਾਂ ਕਦੇ ਵੀ ਨਹੀਂ ਚਾਹਵਾਂਗੇ ਕੰਜ਼ਿਊਮਰ ਤੇ ਫਾਰਮਰ ਦਾ ਆਪਸ 'ਚ ਕੋਈ ਕਨਫਲਿਕਟ ਆਵੇ ਆਪਾਂ ਚਾਹੁੰਦੇ ਡੀਲਿੰਕ ਰਹਿਣ ਕਿਉਂਕਿ ਦੋਨਾਂ ਦੇ ਇੰਟਰਸਟ ਕਲੈਸ਼ ਨਾ ਕਰਨ ਉਹ ਆਪਦਾ ਘੱਟ ਰੇਟ ਤੇ ਕੰਜ਼ਿਊਮਰ ਲਈ ਚੱਲੇ ਔਰ ਫਾਰਮਰ ਜੋ ਉਹਦੀ ਪ੍ਰੋਡਕਸ਼ਨ ਕੋਸਟ ਹੈ ਪਲੱਸ ਜਿਹੜਾ ਉਹਦਾ ਪ੍ਰੋਫਿਟ ਅਸ਼ੋਰ ਹੋਣਾ ਚਾਹੀਦਾ ਉਹ ਪ੍ਰੋਫਿਟ ਪਾ ਕੇ ਉਹਦੇ ਵਿੱਚ ਕੰਜ਼ਿਊਮਰ ਦਾ ਇੰਟਰਸਟ ਕਲੈਸ਼ ਨਹੀਂ ਕਰਨਾ ਚਾਹੀਦਾ ਬਿਲਕੁਲ ਤੁਸੀਂ ਮੇਰੀ ਗੱਲ ਅਗਰੀ ਕਰੋਗੇ ਜੀ ਬਿਲਕੁਲ ਬਿਲਕੁਲ ਹਾਂਜੀ ਹੁਣ ਦੇਖੋ ਪੈਟਰੋਲ ਡੀਜ਼ਲ ਹੈ ਇੱਕ ਦੋ ਰੁਪਏ ਮਹਿੰਗੇ ਹੁੰਦੇ ਨੇ ਹਾਹਾਕਾਰ ਮੱਚ ਜਾਂਦੀ ਹੈ ਕਿਉਂਕਿ ਬਜਟ ਸਾਰਾ ਹਿੱਟ ਹੋ ਜਾਂਦਾ ਹਾਂਜੀ ਅਤੇ ਡਿਮਾਂਡ ਹੁੰਦੀ ਹੈ ਜੀ ਟੈਕਸ ਘਟਾਓ ਟੈਕਸ ਘਟਾਓ ਦੇ ਉੱਤੇ ਸਟੇਟਸ ਟੈਕਸ ਘਟਾਉਂਦੀਆਂ ਨਹੀਂ ਘਟਾਉਂਦੀਆਂ ਕਦੇ ਕੀ ਹੈ ਜੀ ਕੋਈ ਸਟੇਟਸ ਦੀ ਬੜੀ ਆਮਦਨ ਹੁੰਦੀ ਹੈ ਟੈਕਸਾਂ ਤੋਂ ਰਾਦਰ ਬਿਗੈਸਟ ਜਿਹੜਾ ਟੈਕਸ ਰੈਵਨਿਊ ਆਉਂਦੀ ਹੈ ਜਿਹੜੀ ਰੈਵਨਿਊ ਆਉਂਦੀ ਹੈ ਸਟੇਟ ਨੂੰ ਉਹ ਆਉਂਦੀਆਂ ਹੀ ਪੈਟਰੋਲੀਅਮ ਟੈਕਸ ਦੇ ਉੱਤੇ ਨੇ ਬਿਲਕੁਲ ਸੋ ਇਹ ਬੜੇ ਰਿਲਕਟੈਂਟ ਹੁੰਦੇ ਨੇ ਪਰ ਫੂਡ ਦੇ ਵਿੱਚ ਜਿਹੜੀ ਸਬਸਿਡੀ ਕੋਸਟ ਹੈ ਇਹ ਸਾਰੀ ਗਵਰਨਮੈਂਟ ਆਫ ਇੰਡੀਆ ਬੇਅਰ ਕਰਦੀ ਹੈ ਬਿਲਕੁਲ ਸਾਡਾ ਇਹ ਵੀ ਸੀ ਕਿ ਜਦੋਂ 2 ਰੁਪਏ ਕੋਸਟ ਫਿਕਸ ਹੋ ਗਈ ਵੀਟ ਦੀ ਔਰ 3 ਰੁਪਏ ਰਾਈਸ ਦੀ ਫਿਕਸ ਹੋ ਗਈ ਤਾਂ ਇੱਕ ਬੜਾ ਵੱਡਾ ਕੰਜ਼ਿਊਮਰ ਲੋਬੀ ਜਿਹੜੀ ਹੈਗੀ ਹੈ ਕੰਜ਼ਿਊਮਰ ਗਰੁੱਪ ਹੈ ਜੋ ਨਹੀਂ ਐਕਚੁਅਲੀ ਅਫੋਰਡ ਕਰ ਸਕਦੇ ਵੀ ਉਹ ਸਾਡੀ ਐਮਐਸਪੀ ਦੇ ਵਿੱਚ ਸਾਨੂੰ ਇੰਟਰਫੇਅਰ ਨਹੀਂ ਕਰਨਗੇ ਔਰ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਐਮਐਸਪੀ ਆਪਦਾ ਖਰਚਾ ਪਾ ਕੇ ਔਰ ਪ੍ਰੋਫਿਟ ਲੈ ਕੇ ਆਪਣਾ ਕੇਸ ਪਲੀਡ ਕਰਨ ਯੋਗ ਹੋ ਜਾਵਾਂਗੇ ਇਹਦੇ ਨਾਲ ਨਾਲ ਜੀ ਇੱਕ ਇਸ਼ੂ ਹੋਰ ਵੀ ਉੱਠਦੀ ਹੈ ਦੇਖੋ ਜਦੋਂ ਅਸੀਂ ਇੰਨਾ ਜ਼ਿਆਦਾ ਕੰਜ਼ਿਊਮਰ ਬਣਾ ਦਿੰਦੇ ਹਾਂ ਵੀਟ ਐਂਡ ਰਾਈਸ ਦਾ ਤੇ ਸਾਡੀ ਜਿਹੜੀ ਹੈ ਵੇਅਰ ਹਾਊਸਿਸ ਉਹਦੇ ਵਿੱਚੋਂ ਫਿਰ ਮੂਵਮੈਂਟ ਸ਼ੁਰੂ ਹੋ ਜਾਂਦੀ ਹੈ ਜੇ ਖਪਤਕਾਰੀ ਘੱਟ ਜੇ ਤਾਂ ਜੀ ਸਾਡੇ ਸਟੋਰ ਭਰਨੇ ਸ਼ੁਰੂ ਹੋ ਜਾਣਗੇ ਔਰ ਇੱਕ ਵੇਲਾ ਆ ਸਕਦਾ ਗਵਰਨਮੈਂਟ ਆਫ ਇੰਡੀਆ ਕਹੇ ਜੀ 4-4 ਸਾਲ ਦੇ ਬਫਰ ਮਤਲਬ ਤੁਹਾਡੇ ਕੋਲ ਸਟੋਕਸ ਪਿਆ ਤੇ ਵੀ ਜੀ ਤੁਹਾਡੇ ਤਾਂ ਅਸੀਂ ਵੀਟ ਇੰਨੇ ਬਫਰ ਗਵਰਨਮੈਂਟ ਆਫ ਇੰਡੀਆ ਮੇਨਟੇਨ ਨਹੀਂ ਕਰ ਸਕਦੀ ਤੇ ਜੀ ਅਸੀਂ ਇਸ ਸਾਲ ਸ਼ਾਇਦ ਤੁਹਾਡੇ ਤੋਂ ਪੂਰੀ ਥੋੜ੍ਹਾ ਮਾਲ ਪੂਰਾ ਐਮਐਸਪੀ 'ਤੇ ਲਿਫਟ ਨਾ ਕਰੀਏ ਬਾਕੀ ਤੁਸੀਂ ਆਪ ਵੇਚ ਲਓ ਦੇਖੋ ਫੀਅਰ ਹੁੰਦਾ ਹੈ ਬਿਲਕੁਲ ਅਸੀਂ ਐਂਟੀਸਪੇਟ ਕਰਨਾ ਹੁੰਦਾ ਬਿਲਕੁਲ ਬਿਲਕੁਲ ਇਹ ਨਹੀਂ ਵੀ ਹੋ ਜੇ ਤੇ ਫਿਰ ਅਸੀਂ ਰੌਲਾ ਪਾਈਏ ਫਿਰ ਰੌਲਾ ਸਾਨੂੰ ਇਹ ਚੀਜ਼ਾਂ ਪਹਿਲਾਂ ਐਂਟੀਸਪੇਟ ਕਰਨੀਆਂ ਚਾਹੀਦੀਆਂ ਡਿਪਾਰਟਮੈਂਟ 'ਚ ਵਿਜ਼ਨ ਸਾਡੀ ਇਹ ਹੁੰਦੀ ਹੈ ਬਿਲਕੁਲ ਸੋ ਸਾਨੂੰ ਹੁੰਦਾ ਜੀ ਵੀ ਚੰਗੀ ਗੱਲ ਹੈ ਗਵਰਨਮੈਂਟ ਆਫ ਇੰਡੀਆ ਨੂੰ ਹੋਰ ਥੋੜ੍ਹਾ ਕਿਹਾ ਕਿ ਉਹਨਾਂ ਨੂੰ ਕਹੀ ਜੀ ਹਾਂਜੀ ਕੋਟੇ ਹੋਰ ਵੱਡੇ ਕਰੋ ਹੋਰ ਤੁਸੀਂ ਬੰਦੇ ਨੂੰ ਇਸ ਐਂਬਿਟ 'ਚ ਲਿਆਓ ਨੈਸ਼ਨਲ ਫੂਡ ਸਿਕਿਉਰਿਟੀ ਦੇ ਕਿ ਇਹਨਾਂ ਦੀ ਕੰਜ਼ੰਪਸ਼ਨ ਆਫ ਵੀਟ ਐਂਡ ਰਾਈਸ ਵੱਧ ਜੇ ਔਰ ਸਾਡੇ ਪ੍ਰੋਡਕਸ਼ਨ ਜਿਹੜੀ ਹੈ ਆਰਾਮ ਨਾਲ ਸਾਡੀ ਨਿਕਲਦੀ ਜਾਵੇ ਗਵਰਨਮੈਂਟ ਆਫ ਇੰਡੀਆ ਦੀ ਡਿਪੈਂਡੈਂਸ ਪੰਜਾਬ ਦੀ ਵੀਟ ਐਂਡ ਰਾਈਸ ਉੱਤੇ ਹੋਰ ਵੀ ਮਜ਼ਬੂਤ ਹੋਰ ਵੀ ਜ਼ਿਆਦਾ ਹੋ ਜੇ ਹਾਂਜੀ ਸੋ ਇੱਕ ਸਟ੍ਰੈਟੇਜੀ ਵੀ ਸੀ ਇੱਕ ਸਟ੍ਰੈਟੇਜਿਕ ਰੀਜ਼ਨ ਵੀ ਸੀ ਕਿ ਵਾਈ ਵੀ ਵਾਂਟ ਦਿਸ ਟੂ ਹੈਪਨ ਐਂਡ ਵਾਈ ਗਰੀਬਾਂ ਦਾ ਭਲਾ ਹੋ ਗਿਆ ਤੇ ਕਿਸਾਨਾਂ ਦਾ ਭਲਾ ਹੋ ਗਿਆ ਤੇ ਕਿਸਾਨਾਂ ਦਾ ਭਲਾ ਵੀ ਹੋ ਗਿਆ ਆਪਸ ਜਿਹੜਾ ਕਲੈਸ਼ ਹੋ ਸਕਦਾ ਹਾਈ ਐਂਡ ਲੋ ਰੇਟਸ ਦਾ ਉਹ ਕਲੈਸ਼ ਵੀ ਅਵੋਇਡ ਕਰਾਤਾ ਸੀ ਸੋ ਇੱਕ ਹਰ ਡਾਇਮੈਂਸ਼ਨ ਨਾਲ ਕਿ ਬੜੀ ਬੈਨੀਫਿਸ਼ੀਅਲ ਚੀਜ਼ ਸੀ ਬਿਲਕੁਲ ਸੋ ਇਸ ਦੇ ਪਿੱਛੇ ਆਹ ਮਾਈਂਡ ਸੈਟ ਸਰ ਇੱਕ ਬੜੀ ਵੱਡੀ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਤੁਸੀਂ ਤਾਂ ਜ਼ਿਆਦਾ ਤਰੀਕੇ ਨਾਲ ਜਾਣਦੇ ਹੋ ਕਿ ਇਹ ਜਿਹੜਾ ਅਨਾਜ ਹੈ ਬਾਹਰ ਗਲ ਸੜ ਕਿਉਂ ਜਾਂਦਾ ਜੇ ਪਤਾ ਹੀ ਹੈ ਕਿ ਬਾਹਰ ਮੌਸਮ ਵੀ ਆਪਾਂ ਦੇਖ ਰਹੇ ਹਾਂ ਅੱਜ ਕੱਲ੍ਹ ਖਰਾਬ ਹੈ ਅਜਿਹੇ ਮੌਸਮ ਦੇ ਵਿੱਚ ਅਨਾਜ ਦਾ ਬਾਹਰ ਪਿਆ ਰਹਿਣਾ ਸਹੀ ਨਹੀਂ ਹੈ ਗਲ ਸੜ ਜਾਂਦਾ ਅਤੇ ਜੇ ਪਤਾ ਹੀ ਹੈ ਇਹ ਚੀਜ਼ ਹੁੰਦੀ ਹੈ ਤਾਂ ਫਿਰ ਇਹਨੂੰ ਵੇਅਰ ਹਾਊਸਿਸ ਦੇ ਵਿੱਚ ਅੰਦਰ ਰੱਖਿਆ ਕਿਉਂ ਨਹੀਂ ਜਾਂਦਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ ਜਿਹੜੀ ਵੇਅਰ ਹਾਊਸਿੰਗ ਪਾਲਿਸੀ ਹੈ ਇਹ ਗਵਰਨਮੈਂਟ ਆਫ ਇੰਡੀਆ ਬਣਾਉਂਦੀ ਹੈ ਸਟੇਟ ਇੰਪਾਵਰਡ ਨਹੀਂ ਹੈ ਬਣਾਉਣ ਨੂੰ ਇਹ ਤਾਂ ਸਾਡਾ ਹੀ ਬੜਾ ਕਰਦਾ ਵੀ ਸਾਰੀ ਓਪਨ ਗਰਾਊਂਡਾਂ ਖਤਮ ਕਰ ਦਈਏ ਪਲਿੰਥ ਖਤਮ ਕਰ ਦਈਏ ਵੇਅਰ ਹਾਊਸ ਬਣਾ ਲਈਏ ਪਰ ਅਸੀਂ ਅਲਾਊਡ ਨਹੀਂ ਹੈ ਅਸੀਂ ਇਕੱਲਾ ਗਵਰਨਮੈਂਟ ਆਫ ਇੰਡੀਆ ਨੂੰ ਕੰਪੈਲ ਕਰਕੇ ਐਕਸਪਲੇਨ ਕਰਕੇ ਸ਼ਾਰਟੇਜ ਨੂੰ ਸਬਸਟੈਂਸ਼ੀਏਟ ਕਰਾ ਕੇ ਉਹਨਾਂ ਦੀ ਟੀਮ ਨੂੰ ਬੁਲਾ ਕੇ ਵੀ ਤੁਸੀਂ ਇਵੈਲਿਊਏਟ ਕਰੋ ਤਾਂ ਅਸੀਂ ਅੱਗੇ ਵੱਧ ਸਕਦੇ ਜਦੋਂ ਅਸੀਂ ਜਿਹੜੀ ਤੁਸੀਂ ਗੱਲ ਕਹੀ ਹੈ ਇਹੀ ਮੇਰਾ ਕੁਐਸਚਨ ਹੁੰਦਾ ਸੀ ਕਿ ਵੀ ਅਸੀਂ ਕਿਉਂ ਰੱਖ ਰਹੇ ਅਤੇ ਜਦੋਂ ਫਿਰ ਸਾਰੀ ਚੀਜ਼ ਦੇਖੀ ਤਾਂ ਫਿਰ ਇਹੀ ਗਵਰਨਮੈਂਟ ਆਫ ਇੰਡੀਆ ਨੂੰ ਕਿਹਾ ਕਿ ਜੀ ਪਲੀਜ਼ ਕਮ ਆਪਣੀ ਟੀਮ ਭੇਜੋ ਅਵੈਲਿਊਏਟ ਕਰੋ ਵੀ ਸਾਡੀ ਸ਼ੋਰਟੇਜ ਕਿੰਨੀ ਹੈ ਔਰ ਸ਼ੋਰਟੇਜ ਅਵੈਲਿਊਏਟ ਕਰਕੇ ਸਾਨੂੰ ਫਿਰ ਵੇਅਰ ਹਾਊਸਿੰਗ ਪਾਲਿਸੀ ਬਣਾ ਕੇ ਸਾਨੂੰ ਤੁਸੀਂ ਦੱਸੋ ਵੀ ਕਿੰਨੇ ਤੁਸੀਂ ਗਡਾਊਨਸ ਬਣਾਉਣੇ ਨੇ ਅਸੀਂ ਜੀ ਉਹਨਾਂ ਨੂੰ ਕੰਪੈਲ ਕਰਾ ਕੇ
ਓਬਵੀਅਸਲੀ ਮਤਲਬ ਉਹਨਾਂ ਨੇ ਆ ਕੇ ਟੀਮ ਆਈ, ਇਵੈਲਿਊਏਟ ਕੀਤਾ, ਸਭ ਸੈਂਟਰਸ ਦੇਖੇ, ਸਾਰਾ ਕੁਝ ਕੀਤਾ, ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹਨਾਂ ਨੇ 80 ਲੱਖ ਟਨ ਦੀ ਵੇਅਰ ਹਾਊਸਿੰਗ ਸ਼ਾਰਟੇਜ ਆਪ ਕੱਢ ਕੇ ਗਏ ਸਾਡੇ ਕੋਲ। ਅੱਛਾ। ਔਰ ਫਿਰ ਅਸੀਂ ਉਹਨਾਂ ਨੂੰ ਕਿਹਾ ਜੀ ਵੀ ਹੁਣ ਪਾਲਿਸੀ ਬਣਾਓ, ਫਿਰ ਉਹਨਾਂ ਨੇ ਪਾਲਿਸੀ ਬਣਾ ਕੇ ਸਾਨੂੰ ਲਗਭਗ 55 ਲੱਖ ਟਨ ਦੇ ਤਾ, ਕਹਿੰਦੇ ਜੀ 25 ਇਹਦੀ ਪੈਂਡਿੰਗ ਕਰ ਲਈ, 55 ਲੱਖ ਟਨ ਬਣਾ ਲਈਏ। ਸੋ ਅਸੀਂ ਉਹਨਾਂ ਤੋਂ ਇੰਨੀ ਕਦੇ ਵੀ ਵੇਅਰ ਹਾਊਸਿਸ ਨਹੀਂ ਬਣੇ, ਅਸੀਂ 55 ਲੱਖ ਟਨ ਦੇ ਕਵਰਡ ਵੇਅਰ ਹਾਊਸਿਸ ਬਣਾਏ। ਹੁਣ ਦੇਖੋ ਨੈਸ਼ਨਲ ਵੇਸਟੇਜ ਹੈ, ਆਫਟਰ ਆਲ ਇੰਨੀ ਮਿਹਨਤ ਨਾਲ, ਮੁਸ਼ਕਲ ਨਾਲ, ਸਬਸਿਡੀ ਤੇ ਖਾਦ ਸਭ ਮਤਲਬ ਕਣਕਾਂ, ਸਟੇਟ ਆਪਣੇ ਕੋਲ ਸਬਸਿਡੀ ਬਿਜਲੀ ਦਿੰਦੀ ਹੈ, ਫਿਰ ਇੰਨੀ ਮਿਹਨਤ ਕਰਕੇ ਸਟੋਰ ਕਰਨਾ, ਤੇ ਬਹੁਤ ਦੁੱਖ ਹੁੰਦਾ ਐਜ਼ ਅ ਫਾਰਮਰ ਦੇਖ ਕੇ ਕਿ ਵੀ ਪ੍ਰੋਡਿਊਸ ਕੀ ਹੈ, ਗਲ ਰਿਹਾ। ਦੇਖੋ ਕੋਈ ਕੋਈ ਵੀ ਦੇਖੇ ਤਾਂ ਉਹਦੇ ਮਨ 'ਚ ਬਹੁਤ ਪੀੜਾ ਹੁੰਦੀ ਹੈ। ਸਾਨੂੰ ਬੜਾ ਦੁੱਖ ਸੀ ਤੇ ਅਸੀਂ ਫਿਰ ਭਾਰਤ ਸਰਕਾਰ ਦੇ ਮਗਰ ਲੱਗ ਲੱਗ ਕੇ, ਇੱਥੇ ਵੀ ਇੱਥੇ ਤਾਂ ਵੀ ਕਹੂੰਗਾ, ਇੱਕ ਵਾਰੀ ਅਸੀਂ ਪ੍ਰਾਈਮ ਮਿਨਿਸਟਰ ਆਫਿਸ ਦੀ ਵੀ ਇੰਟਰਵੈਂਸ਼ਨ ਦਿੱਤੀ ਸੀ, ਪੀਐਮ ਸਾਹਿਬ ਮਨਮੋਹਨ ਸਿੰਘ ਸੀ, ਉਹਨਾਂ ਦੀ ਵੀ ਇੰਟਰਵੈਂਸ਼ਨ ਦਿੱਤੀ ਸੀ ਕਿ ਜੀ ਸਾਨੂੰ ਵੇਅਰ ਹਾਊਸ ਦੀ ਇਹਨਾਂ ਨੂੰ ਕੋਈ ਪਾਲਿਸੀ ਬਣਾ ਕੇ ਸਾਡੇ ਬਣਾਉਣ। ਤੇ ਚਲੋ ਅੱਜ ਮੈਂ ਕਲੀਅਰਲੀ ਕਹਿੰਦਾ ਜੀ ਪੀਐਮ ਸਾਹਿਬ ਦੀ ਇੰਟਰਵੈਂਸ਼ਨ ਨਾਲ ਐਟ ਦੈਟ ਟਾਈਮ ਸਾਨੂੰ 55 ਲੱਖ ਟਨ ਦੀ ਵੇਅਰ ਹਾਊਸਿੰਗ ਸਟੇਟ ਬਣਵਾਈ ਗਈ ਸੀ, ਓਬਵੀਅਸਲੀ ਗਵਰਨਮੈਂਟ ਆਫ ਇੰਡੀਆ ਦੀ ਮਤਲਬ ਪਾਲਿਸੀ ਦੇ ਥੱਲੇ ਬਣਾਈ ਗਈ ਸੀ, ਔਰ ਬਣਾ ਕੇ ਅਸੀਂ 19 ਓਪਨ ਸਟੋਰੇਜ ਖਤਮ ਕਰ ਦਿੱਤੀ ਸੀ। ਹਾਲੇ ਵੀ ਅੱਜ ਦੀ ਤਰੀਕ 'ਚ ਵੀ 25-30 ਲੱਖ ਟਨ ਜਿਹੜਾ ਪੁਰਾਣਾ ਪੈਂਡਿੰਗ ਪਿਆ, ਪਤਾ ਨਹੀਂ ਕਿਸੇ ਨੇ ਟੇਕਅਪ ਕੀਤਾ ਕਿ ਨਹੀਂ ਕੀਤਾ, ਹਾਲੇ ਉਹ ਬਣਨ ਦੀ ਅੱਜ ਵੀ ਸ਼ੋਰਟੇਜ ਹੋਏਗੀ, ਸਗੋਂ ਸ਼ਾਇਦ ਵੱਧ ਨਾ ਗਈ ਹੋਵੇ, ਤੇ ਕਿਉਂਕਿ ਪ੍ਰੋਕਿਓਰਮੈਂਟ ਜਿਵੇਂ ਵੱਧਦੀਆਂ ਜਾਂਦੀਆਂ। ਸੋ ਅੱਜ ਵੀ ਜੇ 50 ਲੱਖ ਟਨ ਹੋਰ ਵੇਅਰ ਹਾਊਸ ਬਣੇ ਤਦੇ ਹੀ ਅਸੀਂ ਇਹ ਕੱਢ ਸਕਾਂਗੇ ਜਿਹੜੀ ਓਪਨ ਹੈ। ਪਰ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਵੀ ਫਿਰ ਦੁਬਾਰਾ ਗਵਰਨਮੈਂਟ ਆਫ ਇੰਡੀਆ ਤੋਂ ਓਪਨ ਪਲੇਸ ਉਹਨਾਂ ਨੇ ਕਿਹਾ ਜਿਹੜਾ ਕਿ ਵੀ ਸਟੇਟ ਸ਼ੁੱਡ ਚੈਲੇਂਜ ਇਟ ਐਂਡ ਓਬਜੈਕਟ ਟੂ ਇਟ ਕਿ ਜੀ ਅਸੀਂ ਓਪਨ ਪਲੇਸ ਨਹੀਂ ਬਣਾਉਣੇ, ਪਰ ਬਣੇ ਨੇ ਬਣੇ। ਤੁਸੀਂ ਫੂਡ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋ, ਤੁਸੀਂ ਦੱਸਿਆ ਕਿ ਬੜਾ ਸੰਘਰਸ਼ ਕਰਨਾ ਪੈਂਦਾ ਸੀ ਕਿਉਂਕਿ ਦਿੱਲੀ ਤੋਂ ਸਾਰਾ ਕੁਝ ਲੈ ਕੇ ਆਉਣਾ ਪੈਂਦਾ, ਤਾਂ ਤੁਸੀਂ ਆਪਣੇ ਸੰਘਰਸ਼ ਦੀ ਕਹਾਣੀ ਜੇ ਸਾਡੇ ਦਰਸ਼ਕਾਂ ਨੂੰ ਦੱਸ ਸਕੋ, ਕਿਉਂਕਿ ਬੜਾ ਲੰਬਾ ਸਮਾਂ ਤੁਸੀਂ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ, ਤੁਹਾਡੇ ਹੁੰਦਿਆਂ ਤਾਂ ਸਰਕਾਰ ਵੀ ਜਿਹੜੀ ਹੈ ਉਹ ਕਾਂਗਰਸ ਦੀ ਹੁੰਦੀ ਸੀ, ਤੁਸੀਂ ਅਕਾਲੀ ਦਲ ਦੇ ਸੀ ਮੰਤਰੀ, ਤਾਂ ਫਿਰ ਕਿੰਨਾ ਕੁ ਸੰਘਰਸ਼ ਤੁਹਾਨੂੰ ਕਰਨਾ ਪਿਆ? ਦੇਖੋ ਸੰਘਰਸ਼ ਤਾਂ ਹਰ ਸੀਜ਼ਨ ਦੇ ਉੱਤੇ, ਹਰ ਪ੍ਰੋਕਿਓਰਮੈਂਟ ਕਣਕ ਦੀ, ਝੋਨੇ ਦੀ, ਹਰ ਸਾਲ ਦੇ ਵਿੱਚ, ਕਿਉਂਕਿ ਉਹਨਾਂ ਨੇ ਸਾਨੂੰ ਕਾਗਜ਼ ਭੇਜਣਾ ਹੁੰਦਾ ਕਿ ਅਸੀਂ ਇਸ ਬੇਸ ਤੇ ਖਰੀਦਣਾ, ਔਰ ਅਸੀਂ ਉਹ ਕਾਗਜ਼ ਨੁਕਸ ਲੱਭ ਕੇ ਕਈ ਵਾਰੀ ਉਹ ਟੈਕਸ ਘਟਾ ਦਿੰਦੇ ਨੇ, ਕਈ ਵਾਰੀ ਲੇਬਰ ਰੇਟ ਘਟਾ ਦਿੰਦੇ, ਕਈ ਟਰਾਂਸਪੋਰਟੇਸ਼ਨ ਘਟਾ ਦਿੰਦੇ ਨੇ, ਉਹਨਾਂ ਨੇ ਘਟਾਉਣਾ ਹੁੰਦਾ, ਅਸੀਂ ਉਸਨੂੰ ਦੁਬਾਰਾ ਉਹ ਰੇਟ ਸਹੀ ਕਰਾਉਣੇ ਹੁੰਦੇ, ਸੰਘਰਸ਼ ਚੱਲਦੇ ਰਹਿੰਦੇ ਨੇ, ਔਰ ਸਾਨੂੰ ਉਹਨਾਂ ਤੋਂ ਇਹ ਕਾਗਜ਼ ਵੈਲ ਇਨ ਟਾਈਮ ਮੰਗਾਉਣਾ ਪੈਂਦਾ ਪ੍ਰੋਕਿਓਰਮੈਂਟ ਤੋਂ, ਕਿ ਇਹ ਨਾ ਹੋਵੇ ਕਿ ਪ੍ਰੋਕਿਓਰਮੈਂਟ ਸ਼ੁਰੂ ਹੋ ਜਾਵੇ ਸਾਨੂੰ ਕਾਗਜ਼ ਭੇਜੇ, ਜਿਵੇਂ ਕਿ ਪਹਿਲਾਂ ਕੀਤਾ ਜਾਂਦਾ ਸੀ, ਪ੍ਰੋਕਿਓਰਮੈਂਟ ਹੋ ਜਾਂਦੀ ਸੀ, ਬਾਅਦ 'ਚ ਕੰਟਰੈਕਟ ਭੇਜਦੇ ਸੀ, ਤੋ ਅਸੀਂ ਕਰਦੇ ਸੀ ਵੀ ਕੰਟਰੈਕਟ ਪਹਿਲਾਂ ਭੇਜੋ, ਜਿਹੜੇ ਕੋਈ ਚੇਂਜਸ ਕਰਨੇ, ਮੋਡੀਫਿਕੇਸ਼ਨ ਕਰਨੀ ਹੈ, ਅਸੀਂ ਉਹ ਕਰਵਾ ਸਕੀਏ। ਪਰ ਚਲੋ ਇਹ ਤਾਂ ਜੀ ਰੈਗੂਲਰ ਫੀਚਰ ਹੈ, ਚੱਲਦਾ ਰਹਿੰਦਾ। ਅੱਜ ਵੀ ਮੇਰੇ ਕੋਲ 2-3 ਬੜੀਆਂ ਬਰਨਿੰਗ ਇਸ਼ੂਜ਼ ਦੇ ਮੈਂ ਦੇਖਿਆ ਵੀ ਇਸ ਸਾਲ ਦੇ ਵੀਟ ਸੀਜ਼ਨ ਤੋਂ ਆਉਣ ਲੱਗੀ ਹੈ, ਮੋਇਸਚਰ ਕੰਟੈਂਟ ਸਪੈਸੀਫਿਕੇਸ਼ਨ ਸਾਰੇ ਰਿਵਾਈਜ਼ ਕਰ ਦਿੱਤੇ ਨੇ, ਰਿਡਿਊਸ ਕਰਤੇ ਨੇ, ਬਰੋਕਨ ਰਿਡਿਊਸ ਕਰਤਾ, ਪੈਡੀ ਵਿੱਚ ਵੀ, ਰਾਈਸ ਜਿਹੜਾ ਸਪਲਾਈ ਕਰਨਾ ਹੈ ਅਤੇ ਵੀਟ ਵਿੱਚ ਵੀ, ਇਹਦਾ ਸਿੱਧਾ ਹੀ ਕੋਈ 1,000 ਕਰੋੜ ਦਾ ਨੁਕਸਾਨ ਹੈ ਪੰਜਾਬ ਦੇ ਕਿਸਾਨਾਂ ਨੂੰ, ਜਿਹੜਾ ਹੁਣ ਲੇਟੈਸਟ ਅਗਲੇ ਸੀਜ਼ਨ ਤੋਂ ਐਪਲੀਕੇਬਲ ਹੋ ਜਾਣਾ, ਕਿ ਜਿਹੜਾ ਇਮੀਡੀਏਟਲੀ ਸਟੇਟ ਨੂੰ ਰਿਐਕਟ ਕਰਨਾ ਪੈਣਾ ਉਸ ਚੀਜ਼ ਨੂੰ ਕਾਊਂਟਰ ਕਰਨ ਵਾਸਤੇ, ਔਰ ਉਸਨੂੰ ਉਸ ਜਿਹੜੀ ਹੈ ਓਬਜੈਕਟ ਕਰਨਾ ਪੈਣਾ ਕਿ ਅਸੀਂ ਸਪੈਸੀਫਿਕੇਸ਼ਨ ਨਹੀਂ ਚੇਂਜ ਕਰਨੀ। ਹੁਣ ਦੇਖੋ ਮੈਂ ਅੱਜ ਦੀ ਤੁਹਾਨੂੰ ਗੱਲ ਦੱਸ ਰਿਹਾ, ਜਿਹੜਾ ਅੱਜ ਇੱਕ ਇਸ਼ੂ ਹੈਗੀ, ਪਰ ਪਤਾ ਨਹੀਂ ਕਿਸੇ ਨੇ ਇਸਦਾ ਕਿੰਨੀ ਇਫੈਕਟਿਵਲੀ ਅਜੇ ਕਾਊਂਟਰ ਕੀਤਾ ਕਿ ਨਹੀਂ ਕੀਤਾ। ਇੱਕ ਉਹਨਾਂ ਨੇ ਵਿਆਜ ਦਾ ਦਰ ਵੀ ਹੈ ਪ੍ਰੋਕਿਓਰਮੈਂਟ ਵਿੱਚ, ਇਹ ਕਿਹਾ ਜੀ ਅਸੀਂ ਰੀਇੰਬਰਸਮੈਂਟ ਤੁਹਾਨੂੰ ਕਰਾਂਗੇ ਸਭ ਕੋਈ ਲਗਭਗ 5% ਤੇ, ਜਦੋਂ ਕਿ ਸਾਨੂੰ ਪੈਸਾ ਮਿਲ ਰਿਹਾ 7.25%, ਉਹ 2% ਦਾ ਲੋਸ ਵੀ ਸਟੇਟ ਨੂੰ ਹੋਏਗਾ, ਉਹ ਵੀ 1,200 ਕਰੋੜ ਦਾ ਲੋਸ ਹੈ ਪਰ ਐਨਮ। ਸੋ ਇਹ ਜਿਹੜੀ ਇਸ਼ੂਜ਼ ਨੇ ਇਹ ਇਮੀਡੀਏਟਲੀ ਪ੍ਰੋਕਿਓਰਮੈਂਟ ਤੋਂ ਪਹਿਲਾਂ ਕਾਊਂਟਰ ਕਰਨੀਆਂ ਪੈਂਦੀਆਂ। ਉਹ ਦੇਖੋ ਨਾ 1,800-1,800 ਕਰੋੜ ਦੇ ਲੋਸਿਸ ਆ ਜਾਣ ਸਟੇਟ ਨੂੰ, ਤਾਂ ਜੇ ਕਾਊਂਟਰ ਕਰਨਾ ਔਰ ਕਾਊਂਟਰ ਕਰਕੇ ਉਹਨਾਂ ਨੂੰ ਦਰੁਸਤੀ ਕਰਨੀ ਹੈ, ਕਿ ਵੀ ਇਹਦੇ ਪਿੱਛੇ ਕੋਈ ਰੈਸ਼ਨਲ ਨਹੀਂ, ਕੋਈ ਰੀਜ਼ਨ ਨਹੀਂ ਹੈ ਵੀ ਕਿਉਂ ਕੀਤਾ ਗਿਆ, ਦੈਨ ਵਾਈ ਹੈਜ਼ ਇਟ ਬੀਨ ਡਨ। ਅਫਸੋਸ ਇਹ ਵੀ ਹੈ ਜਿਹੜੀ ਕਮੇਟੀ ਬਣਾਈ ਹੈ ਇਹ ਚੀਜ਼ਾਂ ਨੂੰ ਸਪੈਸੀਫਿਕੇਸ਼ਨ ਨੂੰ ਰਿਵਾਈਜ਼ ਕਰਨ ਵਾਸਤੇ, ਉਹਦੇ ਵਿੱਚ ਪੰਜਾਬ ਦੀ ਕੋਈ ਨੁਮਾਇੰਦਗੀ ਹੈ ਨਹੀਂ। ਅੱਛਾ, ਹੁਣ ਨੁਮਾਇੰਦਗੀ ਦੀ ਗੱਲ ਤੋਂ ਆ ਗਿਆ ਕਿ ਜਿਹੜਾ ਤੁਸੀਂ ਕਹੋਗੇ ਵੱਡੀਆਂ 2-3 ਗੱਲਾਂ ਦੱਸਦਾ ਜਿਹੜੀਆਂ ਪਬਲਿਕ ਨੂੰ ਵੀ ਪਤਾ ਜੀ ਕੀ ਹੋਈ ਹੈ। ਇੱਕ ਵਰਾਇਟੀ ਆਈ ਸੀ ਜੀ 201 ਕਰਕੇ ਜੀ। ਅੱਛਾ, PAU 201 ਪੈਡੀ ਦੀ ਵਰਾਇਟੀ ਸੀ, ਉਹਦੀ ਯੀਲਡ ਵੀ ਜ਼ਿਆਦਾ ਸੀ ਜੀ, ਪਾਣੀ ਵੀ ਘੱਟ ਲੱਗਦਾ ਸੀ, ਸੋ ਇਟ ਵਾਸ ਕੰਸੀਡਰਡ ਵੈਰੀ ਗੁੱਡ ਜੀ। ਪਰ ਉਹਦੀ ਜਦੋਂ ਸ਼ੈਲਿੰਗ ਕਰੀਦੀ ਸੀ, ਰਾਈਸ ਬਣਾਈਦਾ ਸੀ ਅਤੇ ਸਪਲਾਈ ਕਰੀਦਾ ਸੀ, ਤਾਂ ਉਹਦੇ 'ਚ ਲਾਲ ਧਾਰੀ ਕਰਦੀ ਸੀ,
ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਦੀ ਸਪੈਸੀਫਿਕੇਸ਼ਨ ਨਾਲ ਉਹ ਦਾਣਾ ਗ੍ਰੇਨ ਕੰਪਲਾਈ ਨਹੀਂ ਕਰਦੀ ਸੀ ਜੀ। ਜਦੋਂ ਕੰਪਲਾਈ ਨਹੀਂ ਕਰਦੀ ਸੀ ਤਾਂ ਦੇਖੋ ਉਹ ਵੀ ਰਾਈਟ ਸੀ ਵੀ ਸਾਡੀ ਸਪੈਸੀਫਿਕੇਸ਼ਨ ਆਹ ਨੇ, ਤੁਸੀਂ ਸਾਨੂੰ ਆਹ ਦੇ ਰਹੇ ਹੋ, ਕੰਪਲਾਈ ਕਰ ਨਹੀਂ ਰਹੇ, ਅਸੀਂ ਤੁਹਾਡਾ ਸਟਾਕ ਨਹੀਂ ਚੱਕਣਾ। ਹੁਣ ਦੇਖੋ ਜਦੋਂ ਸੀਜ਼ਨ ਚੱਲਦਾ ਹੁੰਦਾ ਨਾ ਤਾਂ ਐਵਰੀ ਮਿਨਟ ਆਫ ਦਾ ਡੇ ਐਂਡ ਨਾਈਟ ਕਿ ਤੁਹਾਨੂੰ ਅਲਰਟ ਰਹਿਣਾ ਪੈਂਦਾ ਕਿਉਂਕਿ ਪ੍ਰੋਡਕਸ਼ਨ ਹੋ ਹੀ ਜਾ ਰਹੀ ਹੈ, ਰਾਈਸ ਬਣੀ ਜਾ ਰਿਹਾ, ਸਟੋਰੇਜ ਪ੍ਰੋਬਲਮ ਆ ਸਕਦਾ, ਕਿਤੇ ਸਟੋਰ ਹੋਣਾ, ਰਿਜੈਕਸ਼ਨ ਹੋਣੀਆਂ ਸ਼ੁਰੂ ਹੋ ਜਾਂਦੀਆਂ, ਸਾਡੀ ਪੇਮੈਂਟਾਂ ਖੜ ਜਾਂਦੀਆਂ, ਪੇਮੈਂਟਾਂ ਖੜਨ ਦੇ ਨਾਲ ਸਾਡਾ ਵਿਆਜ ਪੈਣਾ ਸ਼ੁਰੂ ਹੋ ਜਾਂਦਾ, ਜਿਵੇਂ ਆਮ ਸੇਲ ਪਰਚੇਸ ਹੁੰਦੀ ਹੈ, ਉਹ ਜਿਹੜਾ ਵਿਆਜ ਪੈਣਾ ਸ਼ੁਰੂ ਹੋ ਜਾਂਦਾ ਉਹ ਕਿਸੇ ਗਿਣਤੀ 'ਚ ਨਹੀਂ ਜਾਂਦਾ, ਗਵਰਨਮੈਂਟ ਆਫ ਇੰਡੀਆ ਕਹਿੰਦੀ ਪੇ ਨਹੀਂ ਕਰਨਾ। ਸੋ ਉਹ ਬੜਾ ਜ਼ਰੂਰੀ ਹੁੰਦਾ ਹੈ ਕਿ ਇਹੋ ਜਿਹੇ ਇਸ਼ੂ ਨੂੰ ਇਮੀਡੀਏਟਲੀ ਸੈਟਲ ਕਰਨਾ। ਅਸੀਂ ਇਸ਼ੂ ਰੇਜ਼ ਕੀਤੀ, ਉਹ ਕਹਿੰਦੇ ਜੀ ਵੀ ਇਹ ਤਾਂ ਜੀ ਇਹਨਾਂ ਦੀ ਗਲਤੀ ਹੈ ਵੀ ਰੈੱਡ ਗ੍ਰੇਨ ਅਸੀਂ ਕੁਛ ਨਹੀਂ ਕਰ ਸਕਦੇ, ਵੀ ਅਸੀਂ ਕਿਵੇਂ ਲੈ ਸਕਦੇ, ਜਿਹੜੀ ਚੀਜ਼ ਹੀ ਫੋਲਟੀ ਹੈ ਸਾਡੀ ਵਿਕਣੀ ਨਹੀਂ। ਅਤੇ ਇੱਕ ਜੀ ਸਪੈਸੀਫਿਕੇਸ਼ਨ ਹੁੰਦੀ ਹੈ ਜਿਹਨੂੰ ਆਪਾਂ PFA ਕਹਿ ਦਿੰਦੇ ਹਾਂ ਕਿ ਵੀ ਜਿਹਦੇ ਵਿੱਚ ਹੁੰਦਾ ਕਿ ਵੀ ਜੇ ਇਹ ਆਊਗੀ ਤਾਂ ਹੋ ਸਕਦਾ ਵੀ ਖਾਣ ਵਾਲੇ ਬੰਦੇ ਨੂੰ ਨੁਕਸਾਨ ਹੋ ਸਕੇ, ਵੀ ਇਹ ਤਾਂ ਉਹਨੂੰ ਕੰਪਲਾਈ ਨਹੀਂ ਕਰੇਗੀ। ਪਰ ਚਲੋ ਉਹਨਾਂ ਨੇ ਜੋ ਕਹਿਣਾ ਸੀ ਉਹਨਾਂ ਨੇ ਗੱਲਾਂ ਸਾਨੂੰ ਕਹੀਆਂ। ਅਤੇ ਫਿਰ ਜੀ ਮੈਂ ਜਿਹੜਾ ਸਾਡੇ ਫੂਡ ਮਿਨਿਸਟਰ ਕਮ ਐਗਰੀਕਲਚਰ ਮਿਨਿਸਟਰ ਸੀ, ਉਹਨਾਂ ਨੂੰ ਰਿਕੁਐਸਟ ਕੀਤੀ ਸਰ ਗਿਵ ਅਸ ਐਨ ਓਪਰਚੁਨਿਟੀ, ਅਸੀਂ ਰਿਪ੍ਰੈਜੈਂਟ ਕਰਨਾ ਚਾਹੁੰਦੇ ਵੀ ਇਹ ਜੋ ਕਹਿ ਰਹੇ ਨੇ ਵੀ ਮੇਰੇ ਹਿਸਾਬ ਨਾਲ ਉਹ ਫੈਕਚੁਅਲੀ ਕਰੈਕਟ ਨਹੀਂ ਹੈ। ਉੱਥੇ ਜੀ ਉਹਨਾਂ ਨੇ ਮੀਟਿੰਗ ਕਾਲ ਕੀਤੀ, ਸਾਰੇ ਜਿਹੜੇ ਸੀ ICAR ਦੇ ਹੈਡ ਸੈਕਟਰੀ ਫੂਡ, ਜੁਆਇੰਟ ਸੈਕਟਰੀਜ਼, FCI ਸਪੈਸੀਫਿਕੇਸ਼ਨ ਜਿਹੜੀ ਬਣਾਉਂਦੇ ਨੇ ਸਾਰੇ ਬੁਲਾਏ ਜੀ। ਅਤੇ ਚਲੋ ਪੰਜਾਬ ਵੱਲੋਂ ਮੈਂ ਚਲਾ ਗਿਆ ਜੀ। ਅਤੇ ਹੁਣ ਜੇ ਕਹੋ ਥੋੜ੍ਹੀ ਜਿਹੀ ਇੰਟਰਸਟਿੰਗ ਗੱਲ ਸੁਣਾ ਦਿੰਦਾ ਜੀ। ਨਹੀਂ ਬਿਲਕੁਲ ਬਿਲਕੁਲ, ਅਸੀਂ ਟੇਬਲ 'ਤੇ ਬੈਠ ਗਏ ਜੀ ਅਤੇ ਮੰਤਰੀ ਸਾਹਿਬ ਹੈਡ ਦਾ ਟੇਬਲ ਬਹਿ ਗਏ। ਅੱਛਾ ਜੀ। ਵੈਰੀ ਵੈਰੀ ਮਤਲਬ ਮੈਂ ਅੱਜ ਵੀ ਕਹਿੰਦਾ ਜੀ ਵੈਰੀ ਨੌਲੇਜਬਲ ਮਿਨਿਸਟਰ ਵੀ ਹੈਡ, ਆਈ ਵਾਜ਼ ਵੈਰੀ ਫੋਰਚੁਨੇਟ ਵੈਰੀ ਨੌਲੇਜਬਲ ਜੀ। ਅਤੇ ਬੜੇ ਫੇਅਰ ਸਨ ਜੀ, ਬਹੁਤ ਫੇਅਰ ਸੀ ਉਹ, ਜੋ ਸਹੀ ਨੂੰ ਸਹੀ ਕਹਿਣ ਵਾਲੇ ਸਰ, ਔਰ ਬੜੇ ਪ੍ਰੋ ਫਾਰਮਰ ਸਰ। ਹਾਂਜੀ। ਸੋ ਮੈਨੂੰ ਇਸ ਗੱਲ ਦੀ ਐਡਵਾਂਟੇਜ ਸੀ ਕਿ ਉਹ ਬੜੇ ਪ੍ਰੋ ਫਾਰਮਰ ਸਰ। ਅਤੇ ਅਸੀਂ ਟੇਬਲ 'ਤੇ ਬੈਠ ਗਏ ਜੀ, ਇੱਕ ਬੰਦੇ 10-12 ਅਫਸਰ ਬੈਠ ਗਏ, ਇੱਕ ਪਾਸੇ ਮੈਂ ਇਕੱਲਾ ਬੈਠ ਗਿਆ। ਅੱਛਾ। ਅਤੇ ਮੈਂ ਕਿਹਾ ਜੀ ਮੈਨੂੰ ਤੁਸੀਂ ਬਰੋਬੀਟ ਤਾਂ ਨਹੀਂ ਕਦੇ ਕਰਨ ਲੱਗੇ 10-12 ਬੰਦੇ ਮੇਰੇ ਅੱਗੇ ਬਿਠਾ ਤੇ? ਉਹ ਕਹਿੰਦੇ ਨਹੀਂ ਆਦੇਸ਼ ਤੂੰ ਇਕੱਲਾ ਹੀ ਬਥੇਰਾ, ਨਾਓ ਸਟਾਰਟ ਯੋਰ ਆਰਗੂਮੈਂਟਸ। ਸੋ ਮੈਂ ਤਾਂ ਜੀ ਸਿੰਪਲ ਕੁਐਸਚਨ ਪੁੱਛਿਆ, ਮੈਂ ਕਿਹਾ ਜੀ ਵੀ ਜਿਹੜੀ ਕਮੇਟੀ ਨੇ ਇਹ ਵਰਾਇਟੀ ਰਿਲੀਜ਼ ਕੀਤੀ ਹੈ, ਕਿ ਇਹ ਕਮੇਟੀ 'ਚ ਪੰਜਾਬ ਦੀ ਕੋਈ ਨੁਮਾਇੰਦਗੀ ਸੀ? ਜਿਹੜੇ ਉੱਥੇ ਉਹਨਾਂ ਵੱਲੋਂ ਜਿਹੜੀ ਸਪੈਸੀਫਿਕੇਸ਼ਨ ਬਣਾਉਣ ਦੇ ਹੈੱਡ ਸੀ ਕਮੇਟੀ ਦੇ, ਉਹਨਾਂ ਨੇ ਕਿਹਾ ਜੀ ਅਸੀਂ ਤਾਂ PAU ਨੂੰ ਦੇ ਤਾ, ਰਿਲੀਜ਼ PAU ਨੂੰ ਕੀਤੀ ਹੈ, ਅਤੇ ਵੀ ਅਸੀਂ ਤਾਂ ਵਰਾਇਟੀ ਦੇ ਦਿੱਤੀ ਸੀ। ਵੀ ਉਹਨਾਂ ਨੇ ਇੱਕ ਤਰ੍ਹਾਂ ਬਲੇਮ ਸਾਡੀ ਐਗਰੀਕਲਚਰ ਯੂਨੀਵਰਸਿਟੀ 'ਤੇ ਪਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੇ ਦਿੱਤਾ, ਸੋ ਦੇ ਆਰ ਐਟ ਫੋਲਟ, ਸਾਡੀ ਇਸ 'ਚ ਕੋਈ ਗਲਤੀ ਨਹੀਂ। ਮੈਂ ਕਿਹਾ ਸਰ ਆਈ ਵਾਸਟ ਅ ਵੈਰੀ ਸਟ੍ਰੇਟ ਸਿੰਪਲ ਕੁਐਸਚਨ, ਦ ਕੁਐਸਚਨ ਇਜ ਡਿਡ ਦ ICAR ਟੇਕ ਕੰਸੈਂਟ ਆਫ ਪੰਜਾਬ ਗਵਰਨਮੈਂਟ ਫੋਰ ਰਿਲੀਜ਼ਿੰਗ ਦਿਸ ਵਰਾਇਟੀ? ਕੰਸੈਂਟ ਤਾਂ ਦੀ ਹੈ ਜੇ ਅਸੀਂ ਮੈਂਬਰ ਹੋਵਾਂਗੇ ਕਮੇਟੀ 'ਤੇ। ਬਿਲਕੁਲ। ਅਤੇ ਉਹਨਾਂ ਨੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਸਪੈਸੀਫਿਕ ਕੁਐਸਚਨ ਦ ਮਿਨਿਸਟਰ ਆਫ ਫੂਡ ਪੰਜਾਬ ਇਜ਼ ਆਸਕਿੰਗ ਯੂ, ਹੈਜ਼ ਦ ਪੰਜਾਬ ਗਵਰਨਮੈਂਟ ਗਿਵਨ ਦੇਅਰ ਕੰਸੈਂਟ? ਉਹਨਾਂ ਨੇ ਫਿਰ ਟਾਲਮਟੋਲ ਕੀਤੀ ਜੀ ਸਰ PAU ਇਜ਼ ਅ ਰੀਜ਼ ਦ ਵਰਾਇਟੀ। ਉਹਨਾਂ ਨੇ ਫਿਰ ਆਪਣੇ ਆਪ ਹੀ ਕਿਹਾ ਕਿ ਕੁਐਸਚਨ ਇਜ਼ ਵੈਰੀ ਸਪੈਸੀਫਿਕ, ਹੈਜ਼ ਪੰਜਾਬ ਗਿਵਨ ਗਵਰਨਮੈਂਟ ਗਿਵਨ ਯੂ ਕੰਸੈਂਟ ਫੋਰ ਰੀਜ਼ ਆਫ ਦਿਸ ਵਰਾਇਟੀ? ਉਹ ਕਹਿੰਦਾ ਨੋ ਸਰ। ਅੱਛਾ। ਅਤੇ ਮੰਤਰੀ ਸਾਹਿਬ ਨੇ ਉੱਥੇ ਕਿਹਾ ਦੈਨ ਆਈ ਥਿੰਕ ਦ ਮਿਨਿਸਟਰ ਫੋਰ ਫੂਡ ਪੰਜਾਬ ਹੈਜ਼ ਵਨ ਇਸ ਕੇਸ। ਹਾਂਜੀ। ਐਂਡ ਕੇਸ ਓਵਰ। ਔਰ ਜੀ ਉਹ ਸਾਰਾ ਖਰਚਾ ਉਹ ਵਰਾਇਟੀ ਦਾ ਭਾਰਤ ਸਰਕਾਰ ਨੇ ਆਪ ਪੇਅਰ ਕੀਤਾ ਉਸ ਤੋਂ ਬਾਅਦ। ਅੱਛਾ। ਜਿਹੜਾ ਕਿ ਵੀ ਵਾਸ ਮੋਰ ਦੈਨ 1,000 crore ਜੀ। ਅੱਛਾ। ਹਾਂ ਜੀ ਉਹ ਸਾਰਾ, ਔਰ ਵਰਾਇਟੀ ਨੂੰ ਮੁੜ ਕੇ ਉਹਨਾਂ ਨੇ ਵਿਦਡਰਾਅ ਕਰ ਲਿਆ ਕਿ ਵੀ ਇਹ ਵਰਾਇਟੀ ਹਾਲੇ ਕਲੀਅਰ ਨਹੀਂ ਹੋਈ, ਇਟਸ ਫਰਦਰ ਰਿਸਰਚ ਨੀਡਿਡ ਹੈ। ਅੱਛਾ। ਸੋ ਇਸ ਤਰ੍ਹਾਂ ਕਰਕੇ ਕਈ ਵਾਰੀ ਗੱਲਾਂ ਆਦੀ ਜਿਹੜੀਆਂ ਕਿ ਹਰੇਕ ਨੂੰ ਪਤਾ ਵੀ ਇਹ ਕੀ ਹੋਇਆ ਕਿ, ਪਰ ਸ਼ਾਇਦ ਪਿੱਛੇ ਕੀ ਹੋਇਆ, ਕਿਵੇਂ ਉਹ ਗਵਰਨਮੈਂਟ ਆਫ ਇੰਡੀਆ 'ਤੇ ਪਾਇਆ, ਇਹ ਸ਼ਾਇਦ ਨਹੀਂ ਕਦੇ ਦੱਸਿਆ ਵੀ ਨਹੀਂ ਮੈਂ ਕਦੇ। ਅਤੇ ਅੱਜ ਤੁਸੀਂ ਪੁੱਛ ਲਈ ਗੱਲ ਤਾਂ ਮੈਨੂੰ ਚਲੋ ਗੱਲ ਯਾਦ ਆ, ਲੋਕਾਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਜੀ। ਇਵੇਂ ਜੀ, ਇਵੇਂ ਜੀ ਇੱਕ ਡਿਪਾਰਟਮੈਂਟ ਹੋਰ ਬੜਾ ਜ਼ਰੂਰੀ ਹੁੰਦਾ, ਟੂ ਹਾਊ ਟੂ ਸਟੇਬਲਾਈਜ਼ ਪ੍ਰਾਈਸਿਸ। ਕਿਉਂਕਿ ਦੇਖੋ ਆਪਾਂ ਆਮ ਪੜ੍ਹਦੇ ਨਹੀਂ ਪ੍ਰਾਈਸ, ਮਾਰਕੀਟ ਸਟੇਬਲਾਈਜੇਸ਼ਨ। ਬਿਲਕੁਲ। ਮਾਰਕੀਟ ਸਟੇਬਲਾਈਜੇਸ਼ਨ ਵੀ ਕੰਟਰੋਲ ਕੀਤੀ ਜਾ ਸਕਦੀ, ਹਾਲਾਂਕਿ ਮੇਰੇ ਕੋਲ ਡਿਪਾਰਟਮੈਂਟ ਤਾਂ ਨਹੀਂ ਸੀ, ਕਿਉਂਕਿ ਬਾਸਮਤੀ ਦੀ ਪ੍ਰੋਕਿਓਰਮੈਂਟ ਫੂਡ ਡਿਪਾਰਟਮੈਂਟ ਨਹੀਂ ਕਰਦਾ, ਉਹ ਐਗਰੀਕਲਚਰ ਡਿਪਾਰਟਮੈਂਟ ਦਾ ਡੋਮੇਨ ਹੈ। ਅਤੇ ਵਰਾਇਟੀ ਸੀ ਜੀ 1509, ਜਿਹੜੀ ਕਿ ਵੀ ਇੱਕ ਤਾਂ 1121 ਦੀ ਜਿਹੜੀ ਲੌਂਗ ਗ੍ਰੇਨ ਹੈ ਥੋੜ੍ਹੀ ਜੀ, ਇੱਕ 1509 ਹੈ ਜਿਹੜੀ ਵੀ ਬਾਸਮਤੀ ਟਾਈਪ ਹੈ, ਥੋੜ੍ਹੀ ਗ੍ਰੇਨ ਛੋਟੀ ਹੈ। ਮੈਂ ਤੁਹਾਨੂੰ ਉਸ ਜ਼ਮਾਨੇ ਦੇ ਰੇਟ ਦੱਸ ਰਿਹਾ ਕਿ ਵੀ ਮੈਨੂੰ ਬੜਾ ਸ਼ੌਕ ਲੱਗਿਆ ਜਦੋਂ ਮੈਂ ਦੇਖਿਆ ਕਿ 1509 1150 rupees ਕੁਇੰਟਲ ਵਿਕ ਰਹੀ ਹੈ, 1150, ਜਦੋਂ ਕਿ ਅਸੀਂ ਮਤਲਬ ਉਸ ਤੋਂ ਮੋਰ ਇਨਫੀਰੀਅਰ ਗ੍ਰੇਨ ਗਵਰਨਮੈਂਟ ਆਫ ਇੰਡੀਆ 'ਤੇ 1450 ਤੇ ਪ੍ਰੋਕਿਓਰ ਕਰ ਰਹੇ। ਅੱਛਾ।
ਹੁਣ 300 ਰੁਪਇਆ ਸਸਤਾ ਇੱਕ ਸੁਪੀਰੀਅਰ ਗ੍ਰੇਨ ਜਾਵੇ ਐਜ਼ ਅ ਫਾਰਮਰ, ਆਪਾਂ ਕੋਈ ਵੀ ਉਸ ਚੀਜ਼ ਨੂੰ ਨਹੀਂ ਬੇਅਰ ਕਰਾਂਗੇ, ਟੋਲਰੇਟ ਨਹੀਂ ਕਰਾਂਗੇ, ਕਹਾਂਗੇ ਯਾਰ ਇਹ ਤਾਂ ਬੜਾ ਅਨਫੇਅਰ ਗੱਲ ਚੱਲ ਰਹੀ ਹੈ, ਐਕਸਪਲੋਇਟੇਸ਼ਨ ਹੋ ਰਹੀ ਹੈ ਫਾਰਮਰ ਦੀ। ਤੇ ਮੈਂ ਗੱਲ ਕੀਤੀ, ਮੈਂ ਕਿਹਾ ਜੀ ਜੇ ਮਾਈਂਡ ਨਾ ਕਰੋ ਤਾਂ ਮੇ ਬੀ ਮੈਂ ਇਹਦਾ ਸਲੂਸ਼ਨ ਕੋਈ ਲੱਭ ਲਾਂ ਤੇ ਆਪਾਂ ਫਾਰਮਰ ਨੂੰ ਸਿਕਿਓਰ ਕਰੀਏ, ਕਿਉਂਕਿ ਇੱਕਦਮ ਪੇਨ ਉੱਠਦੀ ਹੈ ਕਿ ਇਹ ਨਾ ਹੁੰਦਾ ਰਿਹਾ ਵੀ ਸਾਰਾ ਮਾਲ ਹੀ ਖਰੀਦਣ 1150 ਤੇ। ਤੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਰਿਕੁਐਸਟ ਕੀਤੀ ਜੀ, ਮੈਂ ਕਿਹਾ ਜੀ ਅਲਾਓ ਮੀ ਮਾਰਕੀਟ ਇੰਟਰਵੈਂਸ਼ਨ ਕਿ ਮੈਂ ਇਹ 1150 ਵਾਲਾ 1450 ਦਾ ਜਿਹੜੇ ਤੁਹਾਡੇ ਵਾਸਤੇ ਖਰੀਦਦਾ ਤੁਸੀਂ ਲੈ ਲਓ, ਇਹ ਬੈਟਰ ਚੀਜ਼ ਹੈ, ਬੈਟਰ ਕੁਆਲਿਟੀ ਹੈ, ਔਰ ਇਟ ਵਿਲ ਹੈਲਪ ਮੀ ਕਿ ਮਾਰਕੀਟ 'ਚੋਂ ਮੈਂ ਸਰਪਲਸ ਕੱਢ ਦੂੰਗਾ ਕਿ ਉਹਦੇ ਨਾਲ ਜਿਹੜਾ ਲਿਮਿਟਡ ਰਹਿ ਜਾਏਗਾ ਉਹਦੀ ਪ੍ਰਾਈਸ ਆਟੋਮੈਟਿਕਲੀ ਵੱਧ ਜਾਏਗੀ। ਸੋ ਉਹ ਮੈਨੂੰ ਕਹਿੰਦੇ ਸਾਨੂੰ ਕੋਈ ਖਰਚਾ ਤਾਂ ਨਹੀਂ ਪਊਗਾ, ਮੈਂ ਕਹਿੰਦੀ ਜੀ ਆਈ ਵਿਲ ਸਪਲਾਈ ਐਟ ਦ ਸੇਮ ਪ੍ਰਾਈਸ ਜੋ ਅਸੀਂ ਦੂਜੀਆਂ ਵਰਾਇਟੀਜ਼ ਤੁਹਾਨੂੰ ਦੇ ਰਹੇ ਹਾਂ, ਬਟ ਅਲਾਓ ਮੀ। ਉਹਨਾਂ ਨੇ ਕਿਹਾ ਓਕੇ ਯੂ ਕੈਨ, ਕਿਉਂਕਿ ਅਸੀਂ ਜੀ ਪਰਚੇਜ਼ ਆਪ ਨਹੀਂ ਕਰਦੇ, ਅਸੀਂ ਗਵਰਨਮੈਂਟ ਆਫ ਇੰਡੀਆ ਦੇ ਬਿਹਾਫ 'ਤੇ ਸਾਰੀ ਪਰਚੇਜ਼ ਕਰਦੇ ਹਾਂ ਜੀ, ਵੀ ਆਰ ਬੇਸਿਕਲੀ ਏਜੰਟਸ, ਉਹਨਾਂ ਦੇ ਏਜੰਟ ਹੈ ਸਾਰਾ ਕੁਛ, ਉਹਨਾਂ ਨੂੰ ਇੱਕ ਇੱਕ ਚੀਜ਼, ਇੱਕ ਇੱਕ ਖਰੀਦ, ਇੱਕ ਇੱਕ ਸਟੋਰ ਦੀ ਰਿਪੋਰਟ ਜਾਂਦੀ ਹੈ ਜੀ, ਇੱਕ ਇੱਕ ਦਾਣੇ ਦੀ ਰਿਪੋਰਟ ਜਾਂਦੀ ਹੈ ਉਹਨਾਂ ਨੂੰ, ਹੈ ਨਾ, ਸਾਰਾ ਕੁਛ ਉਹਨਾਂ ਦੀ ਵਾਚ ਥੱਲੇ ਹੁੰਦਾ ਜੀ। ਅਸੀਂ ਕੋਈ ਚੀਜ਼ ਨਹੀਂ ਖਰੀਦ ਸਕਦੇ ਜਿਹੜੀ ਫਾਲਤੂ ਹੈ, ਜਿਹੜੀ ਖਰੀਦੀ ਸਾਨੂੰ ਤਾਂ ਪੂਰਾ ਹਿਸਾਬ ਦੇਣਾ ਪੈਂਦਾ, ਜੇ ਨਿਸ਼ਾਨ ਪੈ ਜਾਏ, ਚੌਲ ਟੁੱਟ ਜਾਏ ਤਾਂ ਉਹਨਾਂ ਨੇ ਰਿਜੈਕਟ ਕਰ ਦੇਣਾ, ਮਤਲਬ ਹਰ ਚੀਜ਼ ਦਾ ਉਹਨਾਂ ਦੀ ਹੁੰਦੀ ਹੈ। ਓਕੇ, ਸੋ ਜੀ ਫਿਰ ਜਦੋਂ ਅਲਾਓ ਕੀਤਾ ਅਸੀਂ ਮਾਰਕੀਟ 'ਚੋਂ ਕੋਈ ਲਗਭਗ 2-2.5 ਲੱਖ ਟਨ ਉਹ 1509 ਵਰਾਇਟੀ ਖਰੀਦ ਲਈ, ਔਰ ਖਰੀਦ ਕੇ ਅਸੀਂ ਆਪਦੇ ਕੋਲ ਮਤਲਬ ਸਟੋਰਾਂ 'ਚ ਲਵਾ ਤੀ। ਉਹਦੇ ਨਾਲ ਰੇਟ ਇੱਕਦਮ ਮਤਲਬ ਬੋਟਮ ਰੇਟ ਬਣ ਗਿਆ 1450, ਔਰ ਮਾਰਕੀਟ 'ਚੋਂ ਉਹਦੀ ਸ਼ੋਰਟੇਜ ਹੋ ਗਈ ਔਰ ਉਹ ਰੇਟ ਵੱਧ ਕੇ ਮੁੜ ਕੇ 1600 ਚਲਾ ਗਿਆ। ਮਤਲਬ ਇਨ ਮੈਟਰ ਆਫ 1 ਵੀਕ ਟੂ 10 ਡੇਜ਼ ਉਹਦਾ ਰੇਟ 1150 ਤੋਂ 1600 ਚਲਾ ਗਿਆ। ਸੋ ਇਸ ਤਰ੍ਹਾਂ ਅਸੀਂ ਮਾਰਕੀਟ ਇੰਟਰਵੈਂਸ਼ਨ ਕਰ ਜਾਂਦੇ ਹਾਂ ਬੜੇ ਵੱਡੇ ਪੱਧਰ 'ਤੇ। ਦੇਖੋ ਆਮ ਨਹੀਂ ਕਰ ਸਕਦਾ, ਬਟ ਗਵਰਨਮੈਂਟ ਕਰ ਸਕਦੀ ਹੈ, ਪ੍ਰੋਵਾਈਡਡ ਸਾਨੂੰ ਇਸ਼ੂ ਨੂੰ ਅਸੀਂ ਅਲਰਟ ਹੈ। ਹੁਣ ਜੇ ਅਸੀਂ ਅਲਰਟ ਹੀ ਨਹੀਂ ਤੇ ਅਸੀਂ ਮਾਰਕੀਟ ਨੂੰ ਵਾਚ ਹੀ ਨਹੀਂ ਕਰ ਰਹੇ ਤਾਂ ਦੇਖੋ ਫਿਰ ਅਸੀਂ ਮਾਰਕੀਟ ਇੰਟਰਵੈਂਸ਼ਨ ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਮਾਰਕੀਟ ਇੰਟਰਵੈਂਸ਼ਨ ਦਾ ਪਹਿਲਾ ਰੂਲ ਇਹ ਹੈ ਕਿ ਯੂ ਹੈਵ ਟੂ ਬੀ ਇਮੀਡੀਏਟਲੀ ਐਵਰੀ ਡੇ ਅਲਰਟ ਟੂ ਐਨੀ ਮਾਰਕੀਟ ਜਿਹੜਾ ਕੋਈ ਰੇਟ ਘੱਟ ਰਿਹਾ ਹੋਵੇ, ਥਰੂ ਕਹਿ ਲਓ ਕਿ ਮੈਂ ਕਿ ਜਿਹੜੇ ਪਰਚੇਜ਼ਰਸ ਹੈ ਉਹ ਮਾਰਕੀਟ 'ਚ ਨਾ ਜਾਣ ਲੈਣ ਵਾਸਤੇ, ਸਟੋਕ ਵੱਧ ਜਾਏ, ਮਾਲ ਵੱਧ ਜਾਏ ਅਤੇ ਮਾਲ ਵੱਧਣ ਨਾਲ ਰੇਟ ਕਰੈਸ਼ ਕਰ ਜਾਏ, ਜਦੋਂ ਰੇਟ ਕਰੈਸ਼ ਕਰਕੇ ਇੱਕਦਮ ਖਰੀਦ ਲਓ। ਸੋ ਸਾਨੂੰ ਉਹ ਜਿਹੀ ਬਲੈਕਮੇਲ, ਉਹ ਜਿਹੀ ਮੋਨੋਪੋਲਾਈਜੇਸ਼ਨ ਨੂੰ ਤੋੜਨ ਵਾਸਤੇ ਇਮੀਡੀਏਟ ਇੰਟਰਵੈਂਸ਼ਨ ਕਰਨੀ ਪੈਂਦੀ ਹੈ, ਔਰ ਗਵਰਨਮੈਂਟ ਆਫ ਇੰਡੀਆ ਕੋਲੋਂ ਓਵਰ ਨਾਈਟ ਪਰਮਿਸ਼ਨਸ ਲੈਣੀਆਂ ਪੈਂਦੀਆਂ ਓਵਰ ਨਾਈਟ। ਹੁਣ ਜੇ ਮੈਂ ਕਹਾਂ ਕੋਈ ਨਹੀਂ ਜੀ ਚਲੇ ਜਾਵਾਂਗੇ ਅਗਲੇ ਹਫ਼ਤੇ, ਜਦੋਂ ਤੱਕ ਸਾਰਾ ਕੁਛ ਨਿਕਲ ਜਾਏ ਬਿਲਕੁਲ। ਔਰ ਇੰਨਾ ਜੀ ਕਿ ਜਿਵੇਂ ਤੁਸੀਂ ਕਿਹਾ ਵੀ ਗਵਰਨਮੈਂਟ ਦੂਜੀ ਹੈ, ਦੇਖੋ ਮੇਰਾ ਐਕਸਪੀਰੀਅੰਸ ਹੈ ਕਿ ਜੇ ਗਵਰਨਮੈਂਟ ਕੋਈ ਵੀ ਦਿੱਲੀ 'ਚ ਹੋਵੇ, ਜੇ ਤੁਸੀਂ ਜਾ ਕੇ ਆਪਣਾ ਕੇਸ ਪ੍ਰੋਪਰਲੀ ਪੁੱਟ ਅਪ ਕਰੋ, ਬਿਲਕੁਲ ਐਕਸਪਲੇਨ ਕਰੋ, ਰੀਜ਼ਨਿੰਗ ਦਿਓ ਕਿਉਂ, ਤਾਂ ਮੈਨੂੰ ਜੀ ਕਦੇ ਵੀ ਮੈਂ ਕਹੂੰਗਾ ਵੀ ਇਸ ਚੀਜ਼ 'ਚ ਮੁਸ਼ਕਿਲ ਨਹੀਂ ਆਈ ਉਹਨਾਂ ਨੂੰ ਕਨਵਿੰਸ ਕਰਨ ਦਾ ਕਿ ਜੀ ਇਹ ਪੋਲਿਸੀ ਬਣਾਈ, ਕਿਉਂਕਿ ਅਸੀਂ ਨਹੀਂ ਬਣਾ ਸਕਦੇ, ਸਾਡਾ ਬਸ ਚਲੇ ਤਾਂ ਮਤਲਬ ਸਟੇਟ ਰੋਜ਼ ਹੀ ਬਣਾ ਲਏ ਜੀ, ਪਰ ਕਿਉਂਕਿ ਉਹਨਾਂ ਨੇ ਪੇ ਕਰਨਾ ਹੁੰਦਾ ਇਹ ਸਾਰਾ ਕੁਛ ਉਹ ਕਰਦੇ। ਉਵੇਂ ਜੀ ਇੱਥੇ ਕਿਉਂਕਿ ਹਰ ਗ੍ਰੇਨ ਉਹਨਾਂ ਨੇ ਪੇ ਕਰਨੀ ਹੁੰਦੀ ਹੈ, ਸਾਨੂੰ ਉਹਨਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਇਸ ਤਰ੍ਹਾਂ ਅਸੀਂ ਮਾਰਕੀਟ ਇੰਟਰਵੈਂਸ਼ਨ ਕਰਕੇ ਫਾਰਮਰਸ ਨੂੰ ਬਚਾ ਲੈਂਦੇ ਹਾਂ, ਪ੍ਰੋਵਾਈਡਡ ਅਸੀਂ ਪ੍ਰੋਐਕਟਿਵ ਹੋਈਏ। ਬਿਲਕੁਲ, ਜੇ ਲੋਕ ਅਤੇ ਪਰਮਾਤਮਾ ਤੁਹਾਨੂੰ ਫਿਰ ਮੌਕਾ ਦੇਣ ਕੰਮ ਕਰਨ ਦਾ ਕਿਸਾਨੀ ਦੇ ਹੱਕ ਦੇ ਵਿੱਚ, ਤਾਂ ਕਿਹੜੇ ਕਿਹੜੇ ਇਹੋ ਜਿਹੇ ਕੰਮ ਜਿਹੜੇ ਇਸ ਡਿਪਾਰਟਮੈਂਟ ਨਾਲ ਸੰਬੰਧਿਤ ਹੈ, ਕਿਸਾਨੀ ਨਾਲ ਸੰਬੰਧਿਤ ਜਿਹੜੇ ਤੁਸੀਂ ਕੰਮ ਕਰਨਾ ਚਾਹੋਗੇ? ਮੌਕੇ ਦੀ ਗੱਲ ਨਹੀਂ ਜੀ, ਇਹ ਤਾਂ ਹੈਲਪ ਕਰਦੇ ਰਹਿਣਾ ਪੈਂਦਾ। ਬਿਲਕੁਲ, ਮੈਂ 1998-99 ਤੋਂ ਕਿਸਾਨ ਸੰਘਰਸ਼ ਕਮੇਟੀ ਨਾਲ ਜੁੜਿਆ ਹੋਇਆ ਜੀ। ਅੱਛਾ ਜੀ, ਹੁਣ ਮੇਰੇ ਖਿਆਲ 23-24 ਸਾਲ ਹੋ ਗਏ। ਅੱਛਾ ਜੀ, ਅੱਛਾ ਜੀ, 23-24 ਸਾਲ ਹੋ ਗਏ। ਹੁਣ ਕਈ ਸੰਘਰਸ਼ ਇਹੋ ਜਿਹੇ ਹੁੰਦੇ ਜਿਵੇਂ ਤੁਸੀਂ ਕਿਹਾ ਕੋਈ ਦੱਸਦਾ ਨਹੀਂ, ਬੋਲਦਾ ਨਹੀਂ, ਸੋ ਉਹ ਸੰਘਰਸ਼ ਦੇਖੋ ਅਸੀਂ ਚੱਲਦੇ ਹਾਂ ਲੀਗਲ ਤਰੀਕੇ ਨਾਲ ਚੱਲੀਦੇ ਹਾਂ। ਸਾਡੀ ਬੜੀ ਵੱਡੀ ਬਰਨਿੰਗ ਇਸ਼ੂ ਹੈ, ਅੱਜ ਵੀ ਹੈ ਕਿ ਬਾਰਡਰ ਏਰੀਆ ਜਿੰਨਾ ਤੁਹਾਡੀ ਫੈਂਸਿੰਗ ਹੋ ਗਈ ਸੀ ਜੀ ਆ ਕੇ ਇਨ ਦਾ ਲੇਟ 80s early 90s ਦੇ ਵਿੱਚ, ਅਤੇ ਬੜੀ ਜ਼ਮੀਨਾਂ ਰਹਿ ਗਈਆਂ ਸੀ ਜਿਹੜੀਆਂ ਕਿ ਹੈ ਇੰਡੀਆ ਦੀਆਂ, ਪਰ ਇੱਕ ਫੈਂਸ ਲਾਇਆ ਸੀ ਫੈਂਸ ਤੋਂ ਪਰਲੇ ਬੰਨੇ। ਅੱਛਾ, ਇਹ ਜੀ ਡਿਸਟ੍ਰਿਕਟਸ ਆਫ ਫਾਜ਼ਿਲਕਾ ਹੋਇਆ ਤੁਹਾਡਾ, ਨਾਲ ਫਿਰੋਜ਼ਪੁਰ ਆ ਗਿਆ, ਜਦੋਂ ਜਦੋਂ ਤਾਂ ਫਿਰੋਜ਼ਪੁਰ ਹੀ ਇਕੱਲਾ ਹੁੰਦਾ ਸੀ, ਹੁਣ ਆਪਾਂ ਲਾਈਏ ਫਾਜ਼ਿਲਕਾ ਫਿਰੋਜ਼ਪੁਰ ਤਰਨ ਤਾਰਨ ਅੰਮ੍ਰਿਤਸਰ, ਜਦੋਂ ਤੱਕ ਅੰਮ੍ਰਿਤਸਰ ਹੀ ਹੁੰਦਾ ਸੀ, ਅਤੇ ਗੁਰਦਾਸਪੁਰ ਪਠਾਨਕੋਟ, ਇਹ 6 ਜ਼ਿਲ੍ਹਿਆਂ ਦੇ ਵਿੱਚ ਨਾ ਜੀ ਜ਼ਮੀਨਾਂ ਜਿਹੜੀਆਂ ਫੈਂਸ ਤੋਂ ਪਾਰ ਹੈ।
ਜਦੋਂ ਉਹਨਾਂ ਦੀ ਸੰਘਰਸ਼ ਕਮੇਟੀ, ਚਲੋ ਕਹਿ ਲਓ ਸੰਘਰਸ਼ ਇਹ ਤਾਂ ਨਹੀਂ ਵੀ ਉਹਨਾਂ ਨੇ ਕੋਈ ਮਤਲਬ ਐਗਰੈਸਿਵ ਨਹੀਂ ਕੀਤਾ, ਪਰ ਅਸੀਂ ਮਤਲਬ ਪਲੈਨ ਤਰੀਕੇ ਨਾਲ ਜਦੋਂ ਕੀਤਾ ਸੀ ਅਤੇ ਉਹਨਾਂ ਦੀ ਮੈਂ ਕਹੂੰਗਾ ਜੀ ਵੀ ਫਰਾਗ ਦਿਲੀ ਕਹਿ ਲਓ, ਵੱਡਾ ਦਿਲ ਕਹਿ ਲਓ, ਜਾਂ ਉਹਨਾਂ ਦਾ ਮੇਰੇ 'ਚ ਵਿਸ਼ਵਾਸ ਕਹਿ ਲਓ, ਉਹਨਾਂ ਨੇ ਮੈਨੂੰ ਜਦੋਂ ਅਪਰੋਚ ਕੀਤਾ ਸੀ ਵੀ ਇਹ ਦੇਸ਼ ਸਾਡੇ ਨਾਲ ਲੱਗ ਅਤੇ ਸਾਡੇ ਹੱਕ ਦਵਾ, ਮੈਂ ਉਹਨਾਂ ਦਾ ਜਦੋਂ ਜੁੜ ਗਿਆ ਸੀ ਨਾਲ। ਅਤੇ ਇਸ ਇਸ਼ੂ ਵਾਸਤੇ ਫਿਰ ਅਸੀਂ ਉਸ ਵੇਲੇ ਦੇ ਹੋਮ ਮਿਨਿਸਟਰ ਹੁੰਦੇ ਸੀ ਅਡਵਾਨੀ ਸਾਹਿਬ, ਉਹਨਾਂ ਨੂੰ ਮੈਂ ਅਪਰੋਚ ਕੀਤਾ ਸੀ ਜੀ। ਅਪਰੋਚ ਕਰਾ ਕੇ ਅਸੀਂ ਉਹਨਾਂ ਨੂੰ ਡੱਲ ਪਿੰਡ ਦੇ ਵਿੱਚ, ਜੋ ਕਿ ਸਾਡੇ ਇੱਥੇ ਹੀ ਹੈ ਤਰਨ ਤਾਰਨ ਦੇ ਵਿੱਚ, ਪੱਟੀ ਤਹਿਸੀਲ 'ਚ ਹੀ ਪੈਂਦਾ ਜੀ, ਬਿਲਕੁਲ ਬਾਰਡਰ ਦੇ ਨਾਲ ਆ ਜਾਂਦਾ। ਅਸੀਂ ਉਹਨਾਂ ਨੂੰ ਰਿਕੁਐਸਟ ਕਰਾ ਕੇ ਉੱਥੇ ਲੈ ਕੇ ਗਏ ਸੀ। ਉੱਥੇ ਲਿਜਾ ਕੇ ਅਸੀਂ ਸਾਰਿਆਂ ਨੇ ਰਿਪ੍ਰਜੈਂਟ ਕਰਕੇ ਉਹਨਾਂ ਨੂੰ ਅਵੇਅਰ ਕੀਤਾ ਸੀ ਕਿ ਸਰ ਆਹ ਜ਼ਮੀਨਾਂ ਹੈ, ਇਹ ਜ਼ਮੀਨਾਂ ਉੱਤੇ ਸਾਨੂੰ BSF ਦੀ ਚੈੱਕ ਪੋਸਟ ਲੱਗਦੀ ਹੈ, ਕਿਸਾਨ ਵੀਰ ਜਾ ਨਹੀਂ ਸਕਦੇ ਪਰਲੇ ਪਾਸੇ, ਇਨ ਫ੍ਰੀ ਮੈਨਰ ਰੈਗੂਲੇਟਡ ਹੈ। ਕਈ ਵਾਰੀ ਕਿਤੇ ਨਾ ਕਿਤੇ ਦੇਸ਼ 'ਚ ਗਰਮੋ ਗਰਮੀ ਹੋ ਜਾਏ ਅਤੇ ਗੇਟ ਬੰਦ ਹੋ ਜਾਂਦੇ ਨੇ, ਜਿਹੜੀ ਫਸਲ ਤਿਆਰੀ 'ਤੇ ਵੀ ਆਈ ਹੁੰਦੀ ਹੈ ਉਹ ਕਿਰ ਜੂਗੀ, ਪਰ ਜਾ ਕੇ ਹਾਰਵੈਸਟ ਨਹੀਂ ਕਰ ਸਕਦੇ, ਫਿਰ ਉੱਚੀ ਫਸਲ ਨਹੀਂ ਲਾਈ ਜਾ ਸਕਦੀ। ਇਹੋ ਜਿਹੀਆਂ ਬੜੀਆਂ ਮੁਸ਼ਕਿਲਾਂ, ਪਾਣੀ ਨਹੀਂ ਚੰਗੀ ਤਰ੍ਹਾਂ ਲੱਗਦੇ, ਕਈ ਵਾਰੀ ਖਾਦ ਲਾਉਣ ਦਾ ਵੇਲਾ ਹੁੰਦਾ ਖਾਦ ਨਹੀਂ ਲੱਗਦੀ, ਪਾਣੀ ਨਹੀਂ ਪੈਂਦਾ, ਬਿਲਕੁਲ। ਇਸ ਕਰਕੇ ਵੀ ਡੈਮੇਜ ਹੁੰਦੀ ਹੈ, ਕੰਪਨਸੇਸ਼ਨ ਚਾਹੀਦੀ ਹੈ ਫਰੋਮ ਗਵਰਨਮੈਂਟ ਆਫ ਇੰਡੀਆ ਟੂ ਦੀਸ ਫਾਰਮਰਸ ਜੀ। ਅਤੇ ਫਿਰ ਉਸ ਤੋਂ ਬਾਅਦ ਜੀ ਕਮੇਟੀ ਬੈਠ ਕੇ ਸਾਰਾ ਕੁਛ ਕਰਾ ਕੇ ਸਾਨੂੰ ਕੰਪਨਸੇਸ਼ਨ ਪਰ ਏਕੜ 2500 ਰੁਪਇਆ ਅਲਾਓ ਹੋਈ ਸੀਗੀ। ਪਰ ਮੈਂ ਨਾਲ ਇਹ ਵੀ ਕਹਿਣਾ ਚਾਹੁੰਦਾ ਜੀ ਵੀ ਜਿਹੜੇ ਕਿਸਾਨ ਜਥੇਬੰਦੀ ਸੰਘਰਸ਼ ਕਮੇਟੀ ਬਾਰਡਰ ਏਰੀਆ ਦੀ ਸੀ ਜੀ, ਉਹਨਾਂ ਦਾ ਮੈਂ ਸਮਝਦਾ ਇੰਨਾ ਵਧੀਆ ਅਤੇ ਅੱਛਾ ਰੋਲ ਰਿਹਾ ਜੀ ਕਿ 22-23 ਸਾਲ ਉਹਨਾਂ ਨੇ ਸੰਘਰਸ਼ ਰੈਗੂਲਰਲੀ ਲੀਗਲ ਤਰੀਕੇ ਨਾਲ ਹਾਈ ਕੋਰਟ ਦੇ ਵਿੱਚ ਵੀ ਕਰਦੇ ਰਹੇ ਨੇ, ਮੇਰੇ ਤੋਂ ਵੀ 3 ਫੁੱਲ ਜਿੰਨੀ ਸੀ ਪਵਾਉਂਦੇ ਰਹੇ ਨੇ, ਅਤੇ ਅਸੀਂ 22-23 ਸਾਲ ਦੇ ਲੱਗੇ ਰਹੇ ਜੀ। ਸਾਡਾ ਅੱਜ ਵੀ ਹਾਈ ਕੋਰਟ ਵਿੱਚ ਇਹ ਕੇਸਿਸ ਚੱਲਦੇ ਨੇ, ਕਿਉਂਕਿ ਇਸ਼ੂਜ਼ ਬਣਦੀਆਂ ਰਹਿੰਦੀਆਂ ਜੀ। ਅੱਛਾ, ਉਹ ਵੱਧਦੇ ਵੱਧਦੀ ਕੰਪਨਸੇਸ਼ਨ ਅੱਜ ਸਾਡੀ 10,000 ਰੁਪਏ ਦੀ ਕੰਪਨਸੇਸ਼ਨ ਬਣ ਗਈ ਹੈ ਜੀ। ਇਸ ਇਸ਼ੂ ਨੂੰ ਅਸੀਂ ਟੇਕਅਪ ਕੀਤਾ ਹੋਇਆ ਗਵਰਨਮੈਂਟ ਆਫ ਇੰਡੀਆ ਦੇ ਨਾਲ ਵੀ ਔਰ ਹਾਈ ਕੋਰਟ ਦੇ ਨਾਲ ਵੀ। ਇਹਦਾ ਪੈਸਾ 50% ਗਵਰਨਮੈਂਟ ਆਫ ਇੰਡੀਆ ਦਿੰਦੀ ਹੈ, 50% ਸਟੇਟ ਗਵਰਨਮੈਂਟ ਦਿੰਦੀ ਹੈ। ਅੱਛਾ, ਕਿੰਨੀ ਬਦਕਿਸਮਤੀ ਹੈ ਜੀ ਕਿ ਵੀ ਜਿਹੜਾ 2017 ਤੋਂ ਬਾਅਦ ਸਾਨੂੰ ਪੈਸਾ ਨਹੀਂ ਆਇਆ, ਕਿਉਂਕਿ ਜਿਹੜੀ ਪੈਸੇ ਦੀ ਡਿਸਟ੍ਰੀਬਿਊਸ਼ਨ ਫਾਰਮਰਸ ਨੂੰ ਕੀਤੀ, ਕਿਸਾਨਾਂ ਨੂੰ ਕੀਤੀ ਗਈ ਸੀ, ਉਹ ਠੀਕ ਨਹੀਂ ਕੀਤੀ ਗਈ ਔਰ ਪੂਰੀ ਵੀ ਨਹੀਂ ਕੀਤੀ ਗਈ, ਔਰ ਜਿਸ ਕਾਰਨ ਗਵਰਨਮੈਂਟ ਆਫ ਇੰਡੀਆ ਨੂੰ UC ਨਹੀਂ ਭੇਜਿਆ ਗਿਆ, ਔਰ UC ਨਾ ਭੇਜਣ ਕਰਕੇ 4-3 ਸਾਲ ਦੇ ਪੈਸੇ ਨਹੀਂ ਆਏ ਔਰ ਉਹ ਫਾਰਮਰਸ ਨੂੰ ਹਜੇ ਤੱਕ ਕੰਪਨਸੇਸ਼ਨ ਨਹੀਂ ਮਿਲੀ। ਅੱਛਾ, ਉਹਦਾ ਸਾਡਾ ਕੇਸ ਚੱਲ ਰਿਹਾ ਹਾਈ ਕੋਰਟ ਵਿੱਚ, ਤਰੀਕ ਚਲੋ ਇਹਨਾਂ ਨੇ ਗਾਹ ਪਵਾ ਲਈ, ਸਾਨੂੰ ਅਸੀਂ ਜਲਦੀ ਤਰੀਕ ਕਰਾ ਲਓ, ਪਰ ਗਵਰਨਮੈਂਟ ਸੈਟ ਡੇਟ ਕਰ ਦਿਓ, ਉਹਦੀ ਅਰਲੀ ਡੇਟ ਦੀ ਵੀ ਸ਼ਾਇਦ ਕੇਸ ਪਰਸੋਂ ਲੱਗਿਆ ਹੋਇਆ ਕੋਈ ਅਰਲੀ ਡੇਟ ਵਾਸਤੇ, ਹੀਅਰਿੰਗ ਵਾਸਤੇ ਵੀ। ਫਿਰ ਇਵੇਂ ਜੀ ਬਾਰਡਰ ਦੇ ਨਾਲ ਇੱਕ ਸਟ੍ਰਿਪ ਆਫ ਲੈਂਡ ਹੈ ਜਿੱਥੇ ਪੈਟਰੋਲਿੰਗ ਹੁੰਦੀ ਹੈ BSF ਦੀ, ਬਿਲਕੁਲ, ਉਹ ਲੈਂਡ ਦੀ ਵੀ ਅਸੀਂ ਕਿਹਾ ਸੀ ਐਕੁਜ਼ੀਸ਼ਨ ਕਰੋ, ਬਿਲਕੁਲ, ਉਹ ਲੈਂਡ ਦੀ ਐਕੁਜ਼ੀਸ਼ਨ ਵਾਸਤੇ ਕਿਹਾ ਗਿਆ ਸੀ ਵੀ ਰੇਟ ਫਿਕਸਿੰਗ ਕਰੋ ਪਰ ਏਕੜ ਦਾ। ਹੁਣ ਦੇਖੋ ਜੇ ਆਪਾਂ ਇਹ ਕਹੀਏ ਕਿ ਅਸੀਂ ਰੇਟ ਉੱਥੋਂ ਦਾ ਕੀ ਹੈ ਕਲੈਕਟਰ ਰੇਟ ਕੀ, ਉੱਥੋਂ ਦਾ ਕਲੈਕਟਰ ਰੇਟ ਹੋ ਹੀ ਨਹੀਂ ਸਕਦਾ ਕਿਉਂਕਿ ਸੇਲ ਪਰਚੇਜ਼ ਹੁੰਦੀ ਨਹੀਂ ਹੁੰਦੀ ਨਹੀਂ, ਬਿਲਕੁਲ। ਅਤੇ ਸਾਡੀ ਇਹ ਸੀ ਕਿ ਜੀ ਵੀ ਲੈਟ ਅਸ ਬੀ ਫੇਅਰ, ਆਪਾਂ ਪੱਟੀ ਦਾ ਤਹਿਸੀਲ ਦਾ ਜਿਹੜੀ ਤਹਿਸੀਲ ਜ਼ਮੀਨ ਗਿਰਦੀ ਹੈ ਜਿਹੜੀ ਵੀ ਔਲ ਲੌਂਗ ਫਾਜ਼ਿਲਕਾ ਤੋਂ, ਉਹਦੀ ਤਹਿਸੀਲ ਦੀ ਐਵਰੇਜ ਰੇਟ ਦੇਖ ਲਓ, ਉਹ ਤਹਿਸੀਲ ਦਾ ਕਿੰਨਾ ਹੈ, ਉਹ ਰੇਟ ਅਲਾਓ ਕਰ ਦਿਓ, ਬਿਕੋਜ਼ ਇਹ ਤਾਂ ਅਨਫੇਅਰ ਹੈ ਕਿ ਵੀ ਜੀ ਬਾਰਡਰ ਦੇ ਉੱਤੇ ਜਦੋਂ ਬਾਰਡਰ ਦੇ ਉੱਤੇ ਖਰੀਦ ਹੀ ਨਹੀਂ ਕੋਈ ਰਿਹਾ ਤਾਂ ਕਲੈਕਟਰ ਰੇਟ ਕੀ ਬਣਾਓਗੇ? ਬਿਲਕੁਲ ਬਿਲਕੁਲ, ਠੀਕ ਹੈ, ਸੋ ਇਹ ਇਸ਼ੂ ਵੀ ਅਜੇ ਤੱਕ ਰਿਜ਼ੋਲਵ ਨਹੀਂ ਹੋਈ, ਅਜੇ ਪੈਂਡਿੰਗ ਪਈ ਹੈ। ਸੋ ਇਹ ਜਿਹੜੀਆਂ ਸਾਡੀ ਬਾਰਡਰ ਏਰੀਆ ਸਪੈਸਿਫਿਕ ਇਸ਼ੂਜ਼ ਹੈ ਜਿਹੜੀਆਂ ਕਿ ਅਸੀਂ 20-22 ਸਾਲ ਤੋਂ ਉਸਦਾ ਕਰਦੇ ਆ ਰਹੇ, ਸਕਸੈਸ ਵੀ ਮਿਲੀ ਹੈ, ਫਿਰ ਮੁਸ਼ਕਲਾਂ ਵੀ ਆਉਂਦੀਆਂ, ਫਿਰ ਅਸੀਂ ਕਹਿ ਕੇਸ ਕੋਰਟ ਕਚਹਿਰੀ 'ਚੋਂ ਸਾਨੂੰ ਜਜਮੈਂਟ 'ਚ ਵੀ ਸਾਡੇ ਹੱਕ 'ਚ ਹੋਈਆਂ, ਬਿਕੋਜ਼ ਤੁਸੀਂ ਵੀ ਐਗਰੀ ਕਰੋਗੇ ਜੈਨੂਅਨ ਕੇਸ ਹੈ, ਦੇਰ ਇਜ਼ ਨਥਿੰਗ ਅਨਜੈਨੂਅਨ ਅਬਾਊਟ, ਬਿਲਕੁਲ ਬਿਲਕੁਲ ਜੈਨੂਅਨ ਹੈ, ਬਿਲਕੁਲ, ਸਾਨੂੰ ਬਹੁਤ ਸਪੋਰਟ ਮਿਲੀ ਹੈ। ਸੋ ਇਹ ਜੀ ਚੀਜ਼ਾਂ ਅਸੀਂ ਕਰਦੇ ਰਹਿੰਦੇ ਹਾਂ, ਕਰਦੇ। ਸੋ ਇਹ ਨਹੀਂ ਜੀ ਵੀ ਇਸ਼ੂਜ਼ ਅਗਾਂਹ ਨੂੰ, ਇਸ਼ੂਜ਼ ਬੜੇ ਲੰਬੇ ਸਮੇਂ ਤੋਂ ਮੈਂ ਡੀਲ ਕਰਦਾ ਆ ਰਿਹਾ, ਰੱਬ ਭਰੀ ਕਰੇ ਜੀ ਵੀ ਗਾਂ ਨੂੰ ਵੀ ਜੇ ਕੋਈ ਮੁਸ਼ਕਿਲ ਆਏਗੀ ਇਸ ਤਰ੍ਹਾਂ ਹੀ ਡੀਲ ਕਰਨ ਦੀ ਪਰਮਾਤਮਾ ਸਾਨੂੰ ਮਤਲਬ ਵਸੀਲਾ ਸਮਝ ਕੇ ਸਾਨੂੰ ਬਖਸ਼ਿਸ਼ ਕਰਨ ਕਿ ਅਸੀਂ ਉਹਦੇ ਵਿੱਚ ਵੀ ਉਹਨਾਂ ਦਾ ਹੱਲ ਕਰਾ ਸਕੀਏ, ਉਹਨਾਂ ਨੂੰ ਰਿਜ਼ੋਲਵ ਕਰਾ ਸਕੀਏ ਜੀ, ਕਰਦੇ ਰਹਿ ਰਹੇ ਹਾਂ ਜੀ ਅਤੇ ਕਰਦੇ ਰਹੀਏ ਵੀ ਜੀ। ਇਹ ਫੂਡ ਡਿਪਾਰਟਮੈਂਟ ਤੋਂ ਇਲਾਵਾ ਜੇਕਰ ਗੱਲ ਕਰਾਂ ਤੁਹਾਡੇ ਕੋਲ ਇੱਕ ਅਹਿਮ ਮਹਿਕਮਾ ਜਿਹੜਾ ਸੇਲ ਟੈਕਸ ਐਕਸਾਈਜ਼ ਦਾ ਜਿਹੜਾ ਤੁਹਾਡੇ ਕੋਲ ਰਿਹਾ, ਇਹਦੇ ਵਿੱਚ ਤਾਂ ਤੁਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ, ਉਹਦੇ ਵਿੱਚ ਤੁਹਾਡਾ ਐਕਸਪੀਰੀਅੰਸ ਜਿਹੜਾ ਕੰਮ ਕਾਜ ਦਾ ਕਿਹੋ ਜਿਹਾ ਰਿਹਾ? ਇੱਕ ਸਮਝਣ ਦੀ ਗੱਲ ਹੋਰ ਵੀ ਲੋੜ ਹੈ ਜੀ, ਆਮ ਤੌਰ ਇਸ ਗੱਲ ਦਾ ਕਈ ਵਾਰੀ ਨਹੀਂ ਪਤਾ ਹੁੰਦਾ, ਜਿਹੜਾ ਫਾਈਨੈਂਸ ਡਿਪਾਰਟਮੈਂਟ ਸਟੇਟ ਦਾ ਨਾ ਜੀ, ਉਹ ਬੇਸਿਕਲੀ ਐਕਸਪੈਂਡੀਚਰ ਡਿਪਾਰਟਮੈਂਟ ਹੈ, ਉਹਦਾ ਨਾਂ ਫਾਈਨੈਂਸ ਜ਼ਰੂਰ ਰੱਖਿਆ ਪਰ ਉਹ ਜ਼ਿਆਦਾਤਰ ਐਕਸਪੈਂਡੀਚਰ ਡਿਪਾਰਟਮੈਂਟ ਹੈ, ਜਿਹੜਾ ਰੈਵਨਿਊ ਜਨਰੇਸ਼ਨ ਕਰਦਾ ਹੈ ਕਲੈਕਸ਼ਨ ਕਰਦਾ ਹੈ ਉਹ ਹੈਗਾ ਸੇਲ ਟੈਕਸ ਐਂਡ ਐਕਸਾਈਜ਼ ਡਿਪਾਰਟਮੈਂਟ, ਉਸ ਜ਼ਮਾਨੇ 'ਚ ਤਾਂ ਇਵੇਂ ਸੀ, ਹੁਣ ਤਾਂ GST ਆ ਗਈ ਹੋਰ ਬੜਾ ਕੁਛ ਡਿਫਰੈਂਸ ਬਦਲ ਗਿਆ, ਜਦੋਂ ਇਵੇਂ ਸੀ
और स्टेट अपने आप अपने टैक्स रेट्स नू उत्ते थले कर सकती सी। हुण तां खैर फिक्सड है, गवर्नमेंट ऑफ इंडिया दी ओवरऑल इंडिया वास्ते जीएसटी रेट्स फिक्सड है। सो सानू स्ट्रैटेजाइज करना पैंदा सी वी असीं मैक्सीमाइज रेवेन्यूज किवें कर सकदे आ स्टेट वास्ते। खैर जी, हर चीज़ में तो काम शुरू कर दें, कोई विजन कोई चीज़ नू आफ्टर प्लानिंग टॉकिंग टू एवरीबॉडी जिहड़े उहदे विच जिवें ट्रेडर्स इंडस्ट्रीज वाले होर वास्ते डिपार्टमेंट सब नू पुछ के फिर कोई तुसीं पॉलिसी सैट कर दें। जो असीं फाइनली कंकलूड किया सी कि जी टैक्सेस रिड्यूस करके इनकम वधदी है क्योंकि कंप्लायंस बैटर होंगी है। मैं लगभग जी 33-34 आइटम उत्ते टैक्स रिड्यूस किया सी और साडा टैक्स 30% इनक्रीज आ गया, विच वॉज प्रॉबली अमंग द हाईएस्ट इन द कंट्री टैक्स कलैक्शन। हुण देखो किन्ना पैराडॉक्सिकल है, टैक्स घटाओ तो कलैक्शन वध जांदी है। दरअसल जिन्ना तुसीं टैक्स नूं नीमा रैशनलाइज करके रखो ना जी, उन्नी कंप्लायंस बैटर होंगी है, उन्नी चोरी घटती है, हरेक की विलिंगनैस टू पे बढ़ जाती है। मेरा एक्सपीरियंस नहीं बिल्कुल ये सी जी। है असी पेट्रोल डीजल से भी घटाया जी, साड़ी उहदे भी बैटर हुई। असी दालां वर्गी चीजा ते एवजियां ते घटाया, उसते साड़ी कंप्लायंस बैटर आई। सो देवर लगभग 30-35 आइटम जिहड़ा तुसीं घटाया और साड़ी जिहड़ी है रेवन्यूज वधिया जी। देखो एक थ्योरी है, चनकिया जी की थ्योरी है, मैं भी कहां कि मेरी थ्योरी है। है नी, उन्हां दी आपकी किताब च लिखिया होया है कि भी जी टैक्स किवें लाना, किस तरह टैक्स लाना चाहिए। वो जदों भी एप्लीकेबल सी, अज भी एप्लीकेबल है, अगां नूं भी एप्लीकेबल रहूगी। वो कहिंदे ने कि भी जिस तरह सूरज की धुप गर्मी के नाल तालाबां तों समुद्रां तों दरियावां तों भाफ बन के पानी जांदा है उत्ते नूं, पर किसी नज़र नहीं आता भाफ बन के पानी जा रहा, टैक्स उवें लाना चाहिए कि जिहड़ा लगे भी पर किसी नूं चुभे ना। और स्टेट नूं की करना चाहिए, जिवें बारिश पैंदी है ना ते हरेक कहिंदा लो जी बारिश पै गई, फसलां बाद हो गईआं, हरेक चीज़ नवीं जिंदगी मिल गई सारी कुदरत नूं। है नी, ते सरकार नूं ओह टैक्स आपदी स्टेट विच संगतां नूं ओह बारिश वांगू पाउणा चाहिए कि उन्हां नूं मैक्सिमम बेनीफिट होवे। बिल्कुल, इस फिलोसफी दे नाल असीं कम कीता सी और मैं समझदा जी ये फिलोसफी हमेशा ठीक रहेगी। नहीं बिल्कुल, तुहाडी गल ठीक है जी, घट होगा टैक्स तो हरेक बंदा दे भी पाऊगा, जे बेबस होगा फिर चोरी वधेगी। तो कैरोल साहब तुसीं अपना कीमती समा दिता, तुहाडा बहुत बहुत धन्यवाद। बहुत बहुत मेहरबानी जी, तुसीं कई गल्लां मेरे तो पुछ लिया घुमा लिया। बिल्कुल, दोबारा फिर मौका मिले तो आप फिर गलिया करा। नहीं जरूर जरूर। सन सरदार राजेश प्रताप सिंह कैरोल साहब जिन्होंने पंजाब के वक् वक् मुद्दों के उपर साडे नाल गलबात की है, अहम जानकारी जी है साडे दर्शकों नाल तुहाडे नाल जिहड़ी सांझी की गई है। उम्मीद करते हैं कि कैरोल साहब दे वल्लों दित्ती गई तुहानू जिहड़ी कीमती जानकारी है, अहम विचार ने, कीमती विचार ने, तुहानू जरूर पसंद आए होणगे। दुबारा फिर मिलांगे, धन्यवाद।